ਸਤਿ ਸ੍ਰੀ ਅਕਾਲ ਜੀ ਪੀਟੀਸੀ ਸੁਪਰਸਟਾਰ ਵੇਖ ਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਜ਼ਰੀਏ ਮੈਂ ਤੁਹਾਡੀ ਮੁਲਾਕਾਤ ਕਰਵਾਣਾ ਹਾਂ ਪੰਜਾਬੀ ਗਲੈਮਰ ਇੰਡਸਟਰੀ ਦੇ ਸੁਪਰਸਟਾਰਸ ਦੇ ਨਾਲ ਤੇ ਅੱਜ ਜਿੰਨੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾ ਮੈਂ ਇਮੋਸ਼ਨਲ ਵੀ ਫੀਲ ਕਰ ਰਿਹਾ ਹਾਂ ਖੁਸ਼ੀ ਇਸ ਗੱਲ ਦੀ ਕਿਉਂਕਿ ਹੁਣ ਪੰਜਾਬੀ ਇੰਡਸਟਰੀ ਨੇ ਨਵੇਂ ਤੇ ਵੱਖਰੇ ਸਬਜੈਕਟਸ ਨੂੰ ਲੈ ਕੇ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ इमोशनल ਇਸ ਕਰਕੇ ਆ ਕਿ ਜਿਹੜੀ ਫਿਲਮ ਦੀ ਸਟਾਰ ਕਾਸਟ ਨਾਲ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ ਉਹ ਫਿਲਮ ਬਣੀ ਹੈ ਇੱਕ ਬਹੁਤ ਹੀ ਗੰਭੀਰ ਮੁੱਦੇ ਨੂੰ ਲੈ ਕੇ ਫਿਲਮ ਦਾ ਨਾਮ ਹੈ ਜੀ 47 ਤੋਂ 84 ਤਾਂ ਦੋਸਤੋ ਹੁਣ ਆਪਾਂ ਆਪਸ ਵਿੱਚ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਮੁਲਾਕਾਤ ਕਰਦੇ ਹਾਂ ਨਵੀਂ ਪੰਜਾਬੀ ਫਿਲਮ 47 ਤੋਂ 84 ਦੀ ਸਟਾਰ ਕਾਸਟ ਦੇ ਨਾਲ ਸਤਿ ਸ਼੍ਰੀ ਅਕਾਲ ਨਤਾਸ਼ਾ ਜੀ ਸਤਿ ਸ਼੍ਰੀ ਅਕਾਲ ਜ਼ਫਰ ਸਤਿ ਸ਼੍ਰੀ ਅਕਾਲ ਜੀ ਸੋ ਪਹਿਲੀ ਗੱਲ ਤਾਂ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਇੱਕ ਡਿਫਰੈਂਟ ਸਬਜੈਕਟ ਚੁਣਿਆ ਹੈਗਾ ਸਿਲੈਕਟ ਕੀਤਾ ਉਹਦੇ ਵਿੱਚ ਕੰਮ ਕਰ ਲਿਆ ਤੇ ਹੁਣ ਪ੍ਰੋਜੈਕਟ ਤਿਆਰ ਹੋ ਗਿਆ ਸਾਹਮਣੇ ਵਾਲੇ ਸੋ ਬਹੁਤ-ਬਹੁਤ ਮੁबारकਾਂ ਪਹਿਲੇ ਹੀ ਮੈਂ ਤੁਹਾਨੂੰ ਮੈਂ ਦੇ ਦੇ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਨਤਾਸ਼ਾ ਜੀ ਤੁਹਾਡੇ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਇਹ ਫਿਲਮ ਖਾਸ ਤੌਰ ਤੇ ਬਹੁਤ ਹੀ ਸੀਰੀਅਸ ਮੁੱਦਾ ਜਿੱਦਾਂ ਕਿ ਹੈਗਾ ਇਸ ਫਿਲਮ ਨੂੰ ਚੂਜ਼ ਕਰਨ ਦਾ ਤੁਹਾਡਾ ਕੀ ਮਕਸਦ ਸੀਗਾ ਮੈਂ ਲਈ ਤੁਸੀਂ ਆਪਟ ਕਿਉਂ ਕੀਤਾ ਫਿਰ ਮੈਂ ਡੇਲੀ ਸੌਫ ਕਰਦੀ ਸੀਗੀ ਜੀ ਤੇ ਮੈਨੂੰ ਲੱਗਾ ਕਿ ਮੈਂ ਬ੍ਰੇਕ ਲੈਣਾ ਮੈਂ ਬ੍ਰੇਕ ਲਿੱਤਾ ਮੈਨੂੰ ਫਰਸਟ ਆਪਸ਼ਨ ਹੀ ਆਇਆ ਹੂੰ ਹੂੰ ਰਾਜੀਵ ਕਾਲਡ ਮੀ ਐਂਡ ਆਈ ਥਿੰਕ ਫਰ ਕਿਸੇ ਲਈ ਵੀ एक डेब्यू है फिल्म होएगी तो बहुत अच्छा होएगा बिकॉज बहुत ही अच्छा टॉपिक है जी इट्स वेरी सेंसिटिव एंड इट इज बिल्कुल की कहानी यू you नो know? गुजरा हो या सब ते सब और ना रिलेट करेंगे दैट्स व्हाई फिलहाल जफर तो मैं पहला क्वेश्चन फिल्म के बारे ही पूछना चाह रहा हूं जफर तूसी इस फिल्म ने चूज किया थोड़ा फिर की कारण रहा भी क्यों यही टॉपिक पे अपन एंट्री मारी बेसिकली मैं पंजाब तो ही बिलोंग ਜੋ ਕਿ ਮੁਕਸਰ ਜ਼ਿਲ੍ਹੇ ਵਿੱਚ ਹੈ ਪੰਜਾਬ ਕਿਉਂਕਿ ਮੈਂ ਜੰਪਾਲ ਮੇਰੀ ਬਿਲਕੁਲ ਉੱਥੋਂ ਦੀ ਹੈ ਮੈਂ ਉੱਥੇ ਰਿਹਾ 20 ਸਾਲ ਮੈਂ ਪੰਜਾਬ ਦੇ ਵਿੱਚ ਰਿਹਾ ਹਾਂ ਹਾਂਜੀ ਤੇ ਹੁਣ ਲਾਈਕ 5 ਸਾਲ ਤੋਂ ਪਿੱਛੇ ਬੰਬੇ ਆ ਗਿਆ ਸੀਗਾ ਬਟ ਇਹ ਜੋ ਪੰਜਾਬ ਦੇ ਵਿੱਚ ਇਹ ਜੋ ਇਸ਼ੂ ਹੈ ਜੋ 84 ਦੇ ਵਿੱਚ ਇਹ ਘਟਨਾ ਵਾਪਰੀ ਹੈ ਈਵਨ 47 ਦੇ ਵਿੱਚ ਜਦੋਂ ਹੋਇਆ ਤਾਂ ਮੇਰੇ ਦਾਦੀ ਜੀ ਮੈਨੂੰ ਇਹ ਚੀਜ਼ਾਂ ਬਾਰੇ ਬਹੁਤ ਸੁਣਾਇਆ ਕਰਦੇ ਸੀਗੇ ਹਾਂ ਹਾਂ ਕਿ ਜੋ 47 ਦਾ ਪਾਰਟੀਸ਼ਨ ਹੋਇਆ ਵੀ ਸਾਡੇ ਨਾਲ ਕੀ ਹੋਇਆ ਐਕਚੁਅਲੀ ਈਵਨ ਫਿਲਮ ਦੇ ਵਿੱਚ ਜੋ ਅਸੀਂ ਸ਼ੂਟ ਕੀਤਾ ਹੈ ਉਹ ਸਟੋਰੀ ਮੈਂ ਸੁਣੀ ਹੋਈ ਸੀ ਉਹਨਾਂ ਤੋਂ ਪਹਿਲਾਂ ਅੱਛਾ ਜੀ ਜੋ ਤੁਸੀਂ ਦੇਖੋਗੇ ਸੀਨਸ ਆਡੀਅנס ਉਹ ਦੇਖੇਗੀ ਕਿ ਉਹ ਜਦੋਂ ਛੋਟੀ ਬੱਚੀ ਕਿਸ ਤਰ੍ਹਾਂ ਸਰਵਾਈਵ ਕਰਦੀ ਹੈ ਮੇਰੀ ਦਾਦੀ ਜੀ ਨਾਲ ਇਨਫੈਕਟ ਉਹ ਸੇਮ ਚੀਜ਼ ਹੋਈ ਸੀਗੀ ਉਸ ਟਾਈਮ ਤੇ ਸ਼ੀ ਵਾਸ 10 ইয়ার্স 올ਡ ਆਈ ਗੈਸ ਹਾਂ ਤੇ ਮਤਲਬ ਮੇਰੇ ਲਈ ਇੱਕ ਇਹ ਇਮੋਸ਼ਨ ਜੁੜੇ ਹੋਏ ਸੀ ਇਸ ਚੀਜ਼ ਨਾਲ ਕਿਉਂਕਿ ਬਚਪਨ ਤੋਂ ਮੈਂ ਕਾਫੀ ਸੁਣਿਆ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ 84 ਦੇ ਵਿੱਚ ਜੋ ਹੋਇਆ ਫਿਰ ਉਹ ਸਾਰੀਆਂ ਚੀਜ਼ਾਂ ਵੀ ਮਤਲਬ ਦਿਮਾਗ ਦੇ ਵਿੱਚ ਸੀਗੀਆਂ ਤਾਂ ਮੇਰੇ ਕੋਲੇ ਜਦੋਂ ਇਹ ਸਬਜੈਕਟ ਆਇਆ ਬਬਲੀ ਜੀ ਨੇ ਦੱਸਿਆ ਤਾਂ ਮੈਂ ਰਾਜੀਵ ਜੀ ਕੋਲ ਗਿਆ ਉਹਨਾਂ ਨੇ ਸਟੋਰੀ ਨਰੇਟ ਕੀਤੀ ਹਮਮ ਤੇ ਆਈਐਸਐਡੀਐਸ ਕਿ ਮੈਨੂੰ ਲੱਗਦਾ ਉਹਰ ਪੰਜਾਬੀ ਫਿਲਮ ਮੇਰੇ ਲਈ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਤਾਂ ਇਟਸ ਲਾਈਕ ਮੇਰੇ ਲਈ ਮਤਲਬ ਔਨਰ ਦੀ ਗੱਲ ਸੀਗੀ ਕਿ ਯਾਰ ਮੇਰੀ ਮਾਤਰ ਭਾਸ਼ਾ ਦੇ ਵਿੱਚ ਮਾਂ ਬੋਲੀ ਦੇ ਵਿੱਚ ਮੈਨੂੰ ਫਿਲਮ ਕਰਨ ਦਾ ਮੌਕਾ ਮਿਲੇ ਐਗਜ਼ੈਕਟਲੀ ਤੇ ਆਉਸ ਟਰਾਇੰਗ ਫਾਰ ਫਿਲਮਸ ਤੇ ਮੈਨੂੰ ਵੀ ਫਿਲਮ ਮਿਲੀ ਆਮ ਹੈਪੀ ਵਿਦ ਇਟ ਜੀ ਅੱਛਾ ਨਤਾਸ਼ਾ ਜੀ ਤੁਸੀਂ ਜਿੱਦਾਂ ਕਿ ਹੁਣ ਮੁੰਬਈ ਵਿੱਚ ਵੀ ਰਹਿੰਦੇ ਹੋ ਕਾਫੀ ਸਾਲਾਂ ਤੋਂ ਮੈਂ ਉਹ ਵੀ ਮੁੰਬਈ ਵਿੱਚ ਰਹਿ ਰਹੇ ਹਾਂ ਤਾਂ ਇੱਕ ਉਹਦਰ ਦੀ ਜਿਹੜੀ ਚਗਾ ਚੌਂ ਦੀ ਦੁਨੀਆ ਹੈਗੀ ਹੈ ਉਹ ਵੱਖਰੀ ਹੈ ਪੰਜਾਬੀ ਇੰਡਸਟਰੀ ਵਿੱਚ ਵੀ ਚਗਾ ਚੌਂ ਹੈਗੀ ਹੈ ਪੂਰੀ ਹੁਣ ਖਾਸ ਤੌਰ ਤੇ ਆ ਚੁੱਕੀ ਹੈ ਇਹ ਬਹੁਤ ਅੱਛਾ ਜੀ ਹਾਂ ਬਿਲਕੁਲ ਪਰ ਜਿਹੜਾ ਏਸੇ ਟੌਪਿਕ ਦੇ ਵਿੱਚ ਤੁਸੀਂ ਦੱਸਿਆ ਹੈਗਾ ਕਿ ਇੱਕ ਮੈਂ ਬ੍ਰੇਕ ਲੈਣਾ ਚਾਹੁੰਦੀ ਸੀ ਆਪਣੇ ਕਰੈਕਟਰ ਦੇ ਰਾਹੀਂ ਨਾ ਤੇ ਜਿਹੜੀ ਪੰਜਾਬੀ ਲੈਂਗੁਏਜ ਹੈ ਫਿਰ ਉਹਨੂੰ ਫੜਨ ਵਿੱਚ ਥੋੜੀ ਆਕ ਨਹੀਂ ਆਈ ਤੁਹਾਨੂੰ ਹਾਂ ਉਹ ਮੈਨੂੰ ਹਾਲੇ ਵੀ ਪ੍ਰੋਬਲਮ ਆ ਰਹੀ ਹੈ ਥੋੜੀ ਜਿਹੀ ਨਹੀਂ ਹਾਈ ਲੇਕਿਨ ਮੇਰੀ ਸਾਬ ਨੇ ਬਹੁਤ ਮਦਦ ਕੀਤੀ सबसेट तैयारी रहंदे सी कि नताशा नु बस आज सिखाई दो अच्छा इन्हनु ठेट पंजाबी सिखाई <laughs> पूरी अच्छा हां और इट वाज रियली एक्सपीरियंस मेरा सब तो बड़ा एक्सपीरियंस है सी मैं 16 साल बाद पंजाब आई हूं मैं जालंधर तो बिलोंग करती हूं अच्छा जी लेकिन जब तो मैं जालंधर तो गई हूं मैं वापस 16 साल बाद आई तो मेरे लिए बहुत नॉस्टैल्जिकल सी गाइस ट्रिप पूरा ये पूरी फिल्म अपने आप में बहुत नॉस्टैल्जिकल है मेरे लिए जी बिल्कुल तो जेडी ये लुक फिर डिसाइड कीती है मतलब ਉੱਥੇ ਬੰਬੇ ਦੀ ਦੁਨੀਆ ਤਾਂ ਵੱਖਰੀ ਹੈਗੀ ਇੱਥੇ ਆ ਕੇ ਸੂਟ ਪਾਣਾ ਇੱਕ ਵੱਖਰੀ ਗੱਲ ਆ ਪਰ ਸੂਟ ਦੇ ਉੱਤੇ ਫਿਰ ਐਦਾਂ ਦਾ ਪਹਿਰਾ ਵਾ ਨਹੀਂ ਤਾਂ ਤੁਹਾਨੂੰ ਆਪਣੇ ਆਪਣੇ ਜਿਹੜਾ ਤੁਹਾਡਾ ਆਪਣਾ ਕੈਰੈਕਟਰ ਹੈਗਾ ਉਹਦੇ ਨਾਲ ਨਾਲ ਵੱਖਰਾ ਜਮਾ ਤੁਹਾਨੂੰ ਢਾਲਣਾ ਪਿਆ ਆਪਣੇ ਆਪ ਨੂੰ ਤਾਂ ਉਹ ਕਿੰਨਾ ਔਖਾ ਸੀਗਾ ਕਿੰਨਾ ਸੌਖਾ ਰਿਹਾ ਤੁਹਾਡੇ ਲਈ ਨਹੀਂ ਬਿਲਕੁਲ ਔਖਾ ਨਹੀਂ ਸੀ ਮੈਨੂੰ ਲੱਗਦਾ ਹੈ ਇਹ ਸਭ ਨੂੰ ਈਜ਼ੀ ਕਰਨ ਚ ਡਾਇਰੈਕਟਰ ਔਰ ਬਬਲੀ ਜੀ ਜਿਹੜੇ ਕਿ ਸਾਡੇ ਪ੍ਰੋਡਿਊਸਰ ਹੈ ਉਹਨਾਂ ਦਾ ਬਹੁਤ ਹੱਥ ਹੈਗਾ ਬਿਕਾਜ਼ ਰਾਜੀਵ ਯੂਸ ਟੂ ਕੀਪ ਟਾਕਿੰਗ ਟੂ ਮੀ ਉਹ ਮੈਨੂੰ ਰੋਲ ਦੇ ਬਾਰੇ ਗੱਲ ਕਰਦੇ ਹੀ ਰਹਿੰਦੇ ਸੀਗੇ ਯੂ نو ਉਹਨਾਂ ਦੀ ਮਦਰ ਇਨ ਲਾਰ ਨਾਲ ਬਹੁਤ ਕੁਝ ਹੋਇਆ ਹੈ ওকে ði ਉਸ ਟੂ ਕੀਪ ਟੈਲਿੰਗ ਟਾਕਿੰਗ ਅਬਾਊਟ ਹਰ ਟਾਕਿੰਗ ਅਬਾਊਟ ਸੋ ਮਨੀ ਥਿੰਗਸ ਤੇ ਸਮਵੇਅਰ ਇਨਸਾਈਡ ਨਾ ਮੈਨੂੰ ਇੰਨੀ ਪ੍ਰੋਬਲਮ ਨਹੀਂ ਹੋਈ ਕੁਝ ਵੀ ਅਡਾਪਟ ਕਰਨ ਚ ਕਿਸੇ ਚੀਜ਼ ਨੂੰ ਵੀ ਜੀ ਐਂਡ ਇਟ ਵਾਸ ਵੈਰੀ ਨੈਚੁਰਲ ਤੇ ਜ਼ਫਰ ਤੁਹਾਡੇ ਆਪਾਂ ਖਾਸ ਤੌਰ ਤੇ ਜਿਹੜਾ ਇੱਕ ਕੈਰੈਕਟਰ ਦੀ ਲੁੱਕ ਹੈਗੀ ਆ ਜੀ ਜੀ ਫਿਰ ਇਹ ਕਿਦਾਂ ਡਿਸਾਈਡ ਕੀਤੀ ਵੀ ਇਹ ਲੁੱਕ ਜਾਣੀ ਹੈ ਕਿਨੇ ਡਿਸਾਈਡ ਕੀਤੀ ਮੇਨ ਡਿਸੀਜਨ ਤਾਂ ਬਬਲੀ ਜੀ ਦਾ ਹੀ ਸੀ ਤੇ ਰਾਜੀਵ ਜੀ ਦਾ ਵੀ ਵਿੱਚ ਕੰਟਰੀਬਿਊਸ਼ਨ ਹੈ ਉਸਦੇ ਹਾਂ ਹਾਂ ਤੇ ਲੁੱਕ ਐਕਚੁਅਲੀ 47 ਦੇ ਵਿੱਚ ਜਦੋਂ ਉਸ ਟਾਈਮ ਦਾ ਜੋ ਪੀਰੀਅਡ ਸੀ ਅਸੀਂ ਉਸ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਪੂਰਾ ਇਹ ਸਾਰੇ ਜੋ ਲੁੱਕ ਹੈ ਜੋ ਕਾਸਟੂਮਸ ਹੈ ਕਿਉਂਕਿ ਇੱਕ ਪੀਰੀਅਡ ਫਿਲਮ ਹੈ ਇਹ 47 ਤੋਂ 84 ਦੇ ਖਤਮ ਹੁੰਦੀ ਹੈ ਅੱਛਾ ਫਿਲਮ ਦੇ ਟਾਈਟਲ ਤੋਂ ਇਹ ਤਾਂ ਪਤਾ ਲੱਗ ਰਿਹਾ ਕਿ 47 ਤੋਂ 84 ਵੀ ਇਹਦੇ ਵਿੱਚ ਦਾ तौर दिखाने की कोशिश की थी, एक सवाल इदा के अक्सर सहन जुड़ने हैं कि नहीं या फिर संताली का कोई पार्ट चक्या या चौरासी का कोई पार्ट चक के उन्होंने लिंकअप कर थोड़ी जी रोशनी पाओ कि स्टोरी कि अराउंड रिवॉल्व कर दी फोर्टी सैवन टू एटी फोर बेसिकली स्टोरी है एक औरत की जिड़ी कि ग्यारह साल की है जिसल फोर्टी सैवन और बीतता है एंड ना आओ एटी फोर जिसल प्रेजेंट चीज ओपन करते हैं शी हैज़ अर ओन फैमिली एंड और सिक जेनेसाइड होता है सो फोर्टी सेवन चुजड़ी राइट शी लॉस द फैमिली और एटी फोर चुजड़ी सो नाउ इट इज अ ट्रैवल फॉर जस्टिस कि हूं मैं की करा हूं मैं किन्नू वतन कमा ओके सो दिस इज द होल स्टोरी फ्रॉम फोर्टी सेवन टू एटी फोर और हाले भी चल रही है फाइट uh -huh. जोड़ा मैं कैनेडा पोर्शन देयर आई एम सेवेंटी फाइव ईयर्स ओल्ड तो मैं उत्थे जाके कहनी हाँ कि हूं जस्टिस कितने है स्टिल आई एम फाइटिंग फॉर इट ਤੇ ਉਹ ਕਿਰਦਾਰ ਤੁਸੀਂ ਮਤਲਬ ਏਜ ਡਿਫਰੈਂਸ ਮਤਲਬ ਇੰਨਾ ਜ਼ਿਆਦਾ ਦਿਖਾਇਆ 75 ਦਾ 80 80 ਪਲੱਸ ਤੁਸੀਂ ਦੱਸਿਆ ਹੈ 75 75 ਤੋਂ 45 ਤੋਂ 75 75 ਤੱਕ ਦਾ ਤਾਂ ਉਹ ਕਿਰਦਾਰ ਢਰਨਾ ਤਾਂ ਵੱਖਰੀ ਗੱਲ ਉਹਦੀ ਫੀਲ ਲੈਣੀ ਬਹੁਤ ਔਖੀ ਹੁੰਦੀ ਹੈ ਜੀ ਜੀ ਬਟ ਦ ਮੇਕਅਪ ਵਾਸ ਅਮੇজিং ਜਿਹੜਾ ਸਾਹ ਨੂੰ ਉੱਥੇ ਮੇਕਅਪ ਮੈਨ ਮਿਲਿਆ ਸੀ ਕਾਇਲ ਨਾਮ ਦਾ ਬੰਦੇ ਦਾ ਉਹਨੇ ਕਾਇਲ ਕਰ ਦਿੱਤਾ ਆਪਣੇ ਮੇਕਅਪ ਨਾਲ ਬਹੁਤ ਅੱਛਾ ਮੇਕਅਪ ਕੀਤਾ ਜਸ ਵੈਰੀ ਗੁੱਡ ਤੇ ਤੁਸੀਂ ਦੋਨੇ ਇੱਕ ਨਵੇਂ ਮੈਂ ਕਹਿ ਸਕਦਾ ਕਿ ਪੰਜਾਬੀ ਇੰਡਸਟਰੀ ਲਈ ਖਾਸ ਕਰਕੇ ਫਿਲਮ ਇੰਡਸਟਰੀ ਨਵੇਂ ਚਿਹਰੇ ਹੈਗੇ ਹੋ ਦੋਨੇ ਜਣੇ ਤਾਂ ਜਿਹੜੇ ਤੁਹਾਡੇ ਨਾਲ ਹੋਰ ਆਰਟਿਸਟ ਸੀਗੇ ਉਹ ਕੌਣ ਕੌਣ ਨੇ ਤੇ ਉਹਨਾਂ ਤੋਂ ਤੁਹਾਨੂੰ ਫਿਰ ਕੀ ਕੁ ਸਿੱਖਣ ਨੂੰ ਮਿਲਿਆ ਨਤਾਸ਼ਾ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਪੈਸ਼ਲੀ ਜਿਹੜੇ ਸੀਨੀਅਰ ਐਕਟਰ ਸੀ ਆਸ਼ੀਸ਼ ਜੀ ਨੇ ਕੰਮ ਕੀਤਾ ਹੀਸ ਡਨ ਉਹਨਾਂ ਨੇ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਹੋਈਆਂ ਹਰਦੀਪ ਗਿਲਜੀ ਜੀ ਮੈਕਸਿਮਮ ਸ਼ੂਟਿੰਗ ਕਿੱਥੇ ਹੋਈ ਹੈ ਕਿਹੜੇ ਏਰੀਆ ਵਿੱਚ ਹੋਈ ਹੈ ਪੰਜਾਬ ਦੇ ਪੰਜਾਬ ਅਸੀਂ ਸਟਾਰਟ ਕੀਤਾ ਸੀ ਜੀ ਮਲੇਰ ਕੋਟਲਾ ਤੋਂ ਮਲੇਰ ਕੋਟਲਾ ਦੇ ਅੰਦਰ ਹਵੇਲੀ ਹੈ ਜਿੱਥੇ 47 ਦਾ ਪਾਰਟ ਦਰਸਾਇਆ ਕਾਫੀ ਤੇ ਉਸ ਤੋਂ ਬਾਅਦ ਅਸੀਂ ਮੁਹੱਲੇ ਸ਼ਿਫਟ ਕੀਤਾ ਫਰਡ ਸ਼ੂਟਿੰਗ ਹੋਈ ਹੈ ਤੇ ਕੀਰਤਪੁਰ ਸਾਹਿਬੋਂ ਆਰਾਊਂਡ ਮੋਹਾਲੀ ਚੰਡੀਗੜ੍ਹ ਫਿਰ ਦਿੱਲੀ ਵੀ ਸ਼ੂਟ ਦਿੱਲੀ ਵੀ ਸ਼ੂਟ ਕੀਤਾ ਕੈਨੇਡਾ ਸ਼ੂਟ ਕੀਤਾ ਕੈਨੇਡਾ ਤੇ ਜਦੋਂ ਆਪਾਂ ਇਦਾਂ ਦੇ ਟੌਪਿਕ ਦੇ ਉੱਤੇ ਖਾਸ ਤੌਰ ਤੇ ਸ਼ੂਟ ਚੱਲਦਾ ਹੈਗਾ ਤੇ ਇੱਕ ਤਾਂ ਸੈੱਟ ਵੀ ਬਹੁਤ ਵੱਖਰਾ ਹੁੰਦਾ ਬਟ ਉੱਥੇ ਜਿਹੜੇ ਲੋਕੀ ਹੁੰਨੇ ਆ ਤੁਹਾਨੂੰ ਆ ਕੇ ਬਿਲਦੇ ਆ ਤਾਂ ਉਹਨਾਂ ਦੇ ਵੱਲੋਂ ਵੀ ਕੁਝ ਕਈ ਵਾਰ ਗਾਈਡੈਂਸ ਮਿਲਦੀ ਹੈ ਕਿ ਭਈ ਆ ਧਿਆਨ ਨਾਲ ਕਰਿਓ ਬਹੁਤ ਜੀ 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 ਗੰਭੀਰ ਮੁੱਦਾ ਹੈਗਾ ਖਾਸ ਤੌਰ ਤੇ Uh, actually ਇਹ ਬਹੁਤ سارے ਸੁਜੈਸ਼ਨਸ ਆਏ ਸੀਗੇ ਤੇ ਸੈਟ ਐਕਚੁਅਲੀ ਅਸੀਂ ਸੈਟ ਕੋਈ ਬੇਸਿਕਲੀ ਕ੍ਰੀਏਟ ਨਹੀਂ ਕੀਤਾ ਐ ਫਿਲਮ ਲਈ ਅਸੀਂ origignal locations ਤੇ ਸਾਰੇ origignal locations ਦੇ ਉੱਪਰ ਹੀ ਇਹ ਪੂਰੀ ਫਿਲਮ ਸ਼ੂਟ ਕੀਤੀ ਐ ਜਿਵੇਂ ਪ੍ਰੋਪਰ ਪੰਜਾਬ ਦਿੱਲੀ ਦੀਆਂ ਗਲੀਆਂ ਦਿਖਾਉਣ ਲਈ ਅਸੀਂ ਮੋਹਾਲੀ ਦੇ ਵਿੱਚ ਉਹ ਜੀ ਲਗਾ ਲੱਭੀ ਰੀਅਲ ਮਤਲਬ ਉੱਥੇ ਸ਼ੂਟ ਕੀਤਾ ਤੇ ਪਬਲਿਕ ਵੱਲੋਂ ਸਪੋਰਟ ਵੀ ਮਿਲੀ ਐ ਕਾਫੀ ਵੈਸੇ ਤਾਂ ਆਡੀਅੰਸ ਕਾਫੀ ਆ ਜਾਂਦੀ ਸੀ ਉੱਥੇ ਦੇਖਣ ਵਾਲੇ ਲੋਕ ਆ ਜਾਂਦੇ ਸੀ ਇੰਨਾ ਕਰਾਊਡ ਇਕੱਠਾ ਹੋ ਜਾਂਦਾ ਸੀਗਾ ਤੇ ਲੋਕ ਕਹਿੰਦੇ ਵੀ ਸੀ ਵੀ ਤੁਸੀਂ ਯਾਰ ਇਹਨੂੰ ਇੱਥੋਂ ਐ ਕਰੋ ਜਾਂ ਐ ਕਰੋ ਤਾਂ ਸੁਜੈਸ਼ਨ ਸੀਗੇ ਕਾਫੀ ਤੇ ਨਤਾਸ਼ਾ ਜੀ ਇੱਕ ਗੱਲ ਹੋਰ ਮੇਰੇ ਜ਼ਿਹਨ ਚ ਆ ਰਹੀ ਹੈ ਬੀਇੰਗ ਅ ਫੀਮੇਲ ਇੱਕ ਮੇਲ ਔਰੀਐਂਟਡ ਇੰਡਸਟਰੀ ਕਹਿ ਤਾਂ ਨਹੀਂ ਸਕਦਾ ਬਟ ਜਿਵੇਂ ਫਿਲਮ ਦੇ ਵਿੱਚ ਬਹੁਤ ਘੱਟ ਫੀਮੇਲ ਔਰੀਐਂਟਡ ਫਿਲਮਾਂ ਬਣਦੀਆਂ ਨੇ ਕਿ ਨਹੀਂ ਹਿੰਦੀ ਫਿਲਮਾਂ ਵਿੱਚ ਲੈ ਲਈਏ ਪੰਜਾਬੀ ਵਿੱਚ ਇਫ ਤੁਹਾਡੇ ਤੇ ਕਾਫੀ ਹੱਦ ਤੱਕ ਸਟੋਰੀ ਰਿਵੋਲਵ ਕਰ ਰਹੀ ਹੈ ਕਿੰਨੀ ਕਿ ਰਿਸਪੌਂਸਿਬਿਲਟੀ ਸੀਗੀ ਤੇ ਤੁਹਾਨੂੰ ਆਪਣੇ ਆਪ ਨੂੰ ਕਿੰਨਾ ਕੁ ਪ੍ਰਪੇਅਰ ਕਰਕੇ ਚੱਲਣਾ ਪੈਂਦਾ ਸੀ ਤੁਹਾਡੇ ਨਾਲ ਪੰਜਾਬ ਦੀਆਂ ਔਰਤਾਂ ਕਈ ਜੋੜਨ ਲੱਗੀਆਂ ਆਪਣੇ ਆਪ ਨੂੰ ਆਪਣੇ ਪਾਸਟ ਨੂੰ ਜੋੜਨ ਗਿਆ ਤਾਂ ਫਿਰ ਕਿਵੇਂ ਆਪਣੇ ਆਪ ਨੂੰ ਬੈਲੈਂਸ ਰੱਖਦੇ ਸੀਗੇ ਉਦੋਂ ਆ ਜਦੋਂ ਰਜੀਵ ਨੇ ਮੈਨੂੰ ਇਸ ਫਿਲਮ ਦੇ ਬਾਰੇ ਦੱਸਿਆ ਸੀਗਾ ਔਰ ਜਦੋਂ ਬਬਲੀ ਜੀ ਨੇ ਮੈਨੂੰ ਸਟੋਰੀ ਸੁਣਾਈ ਸੀ ਐਕਚੁਅਲੀ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਇਸ ਲੈਵਲ ਤੇ ਕੁਝ ਹੋਣ ਜਾ ਰਿਹਾ ਹਾਂ ਹਾਂ ਓਨੈਸਟਲੀ ਦੱਸਾਂ ਤੇ ਜੀ ਮੈਨੂੰ ਲੱਗਦਾ ਹੈ ਰੋਲ ਕੋਈ ਵੀ ਕਰਦਾ ਔਰ ਰਾਜੀਵ ਵਰਗਾ ਡਾਇਰੈਕਟਰ ਮਿਲਦਾ ਔਰ ਇੰਨਾ ਅੱਛਾ ਰੋਲ ਹੁੰਦਾ ਕੋਈ ਵੀ ਅੱਛਾ ਕਰਦਾ ਕਿਉਂਕਿ ਇੱਕ ਰਿਸਪੌਂਸਿਬਿਲਟੀ ਇਸ ਲਈ ਵੀ ਆ ਜਾਂਦੀ ਹੈ ਕਿਉਂਕਿ ਇੱਕ ਟਰੂ ਥਿਸ ਹੈਪਨਡ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਇਹ ਫਿਕਸ਼ਨ ਸੀਗਾ ਜੀ ਬਿਲਕੁਲ ਤੁਸੀਂ ਸੁਣਦੇ ਹੋ ਅਗਲ-ਬਗਲ ਹਮਮ ਬਬਲੀ ਜੀ ਦੱਸਦੇ ਸੀ ਆਪਣੇ ਇਨਸੀਡੈਂਟਸ ਹੋਰ ਵੀ ਰਾਜੀਵ ਦੱਸਦੇ ਸੀ ਆਪਣੇ ਮਦਰ-ਇਨ-ਲॉ ਨੇ ਉਹਨਾਂ ਨਾਲ ਕੀ-ਕੀ ਹੋਇਆ ਹੈ ਹਮਮ ਮੈਨੂੰ ਪਤਾ ਹੀ ਨਹੀਂ ਚਲਿਆ ਮੈਂ ਕਦੋਂ ਅਡਾਪਟ ਕਰਤੀ ਗਈ ਮਤਲਬ ਮਾਹੌਲ ਤੁਹਾਨੂੰ ਐਦਾਂ ਦਾ ਮਿਲ ਗਿਆ ਇਹ ਗੱਲਾਂ ਸੁਣ ਕੇ ਹਾਂ ਮੈਨੂੰ ਪਤਾ ਹੀ ਨਹੀਂ ਚਲਿਆ ਇਟ ਵਾਸ ਇਟ ਵਾਸ ਸੋ ਨੈਚੁਰਲ ਪਰ ਫਿਲਮ ਵੀ ਜੈਸ ਇੱਕ ਪ੍ਰੀ-ਪ੍ਰੋਡਕਸ਼ਨ ਹੁੰਦੀ ਆ ਉਹਦੇ ਦੌਰਾਨ ਕਈ ਵਾਰ ਐਕਟਰਸ ਵੀ ਬੈੰਦੇ ਹਾਂ ਤਾਂ ਤੁਸੀਂ ਤੁਹਾਨੂੰ ਵੀ ਮੌਕਾ ਮਿਲਿਆ ਪ੍ਰੀ-ਪ੍ਰੋਡਕਸ਼ਨ ਵਿੱਚ ਨਾਲ ਬੈੰਦ ਦਾ ਮੇਂ ਪ੍ਰੀ-ਪ੍ਰੋਡਕਸ਼ਨ ਦੇ ਵਿੱਚ ਇੰਨਾ ਜਿਆਦਾ ਇਨਵੋਲਵਮੈਂਟ ਨਹੀਂ ਸੀ ਮੇਰਾ ਮੈਂ ਹਾਂ ਕਿ ਕਿਸੇ ਨਾਲ ਮਿਲੇ ਵੀ ਸਕਤੇ ਹਾਂ ਅੱਛਾ ਹਾਂ ਤੇ ਨਤਾਸ਼ਾ ਜੀ ਨਾਲ ਸਾਡੀ ਮੁਲਾਕਾਤ ਤਾਂ ਸੈੱਟ ਤੇ ਹੋਈ ਸੀ ਮੈਂ ਉਸ ਤੋਂ ਪਹਿਲਾਂ ਬਸ ਸਿਰਫ ਰਾਜੀਵ ਜੀ ਨੂੰ ਮੁੰਬਈ ਮਿਲਿਆ ਸੀਗਾ ਉਹਨਾਂ ਨੇ ਮੈਨੂੰ ਸਟੋਰੀ ਨਰੇਟ ਕੀਤੀ ਫਿਰ ਸਾਡੇ ਫਾਈਨਲ ਹੋ ਗਏ ਡੇਟਸ ਤਾਂ ਬਬਲੀ ਜੀ ਨੂੰ ਵੀ ਮੈਂ ਤਾਂ ਸੈੱਟ ਤੇ ਮਿਲਿਆ ਉੱਥੇ ਜਾ ਕੇ ਮੈਂ ਵੀ ਕੋਈ ਆਈ ਮੈਟ ਹਿਮ ਔਨ ਦਾ ਸੈੱਟ ਹਾਂਜੀ ਹਾਂਜੀ ਤੇ ਤੁਹਾਡੇ ਲੀਡ ਕੈਰੈਕਟਰ ਜਿੱਦਾਂ ਤੁਸੀਂ ਲੀਡ ਕਰ ਰਹੇ ਹੋ ਮੂਵੀ ਨੂੰ ਤਾਂ ਜਿਹੜੀ ਕੈਮਿਸਟਰੀ ਸੀਗੀ ਫਿਰ ਤੁਸੀਂ ਕਿਦਾਂ ਦੋਨਾਂ ਨੇ ਬਣਾਈ ਹਾਂ वो <laughs> मां-पुतनी केमिस्ट्री बनाओन दी की हाँ. लोड़ा तो बन गई थी बस ये तो मां और पुत्र एक नाम लिया थे केमिस्ट्री बन गई ये रिलेशन ही yeah, है हो जाने दी मां-पुत मेरे को थोड़ा सा प्रॉब्लम ये हुआ था कि डेफिनेटली आपको व्हेन यू कम टू नो यू हैव टू प्ले मदर टू यू नो सच बिग गाय बिल्कुल एवरीथिंग फिर वो चेंज उसमें ਉਹ ਕਿਵਰ ਮੈਨੂੰ ਜੀ ਭੁੱਲ ਜਾਂਦੀ ਥੀ ਮੈਂ ਯੂ نو ਵਾਕ ਡਿਫਰੈਂਟ ਹੋ ਜਾਂਦਾ ਥਾ ਹਾ ਟੂ ਕੀਪ ਇਟ ਮਾਈਂਡ ਬੋਸ ਅਚਾ ਨਹੀਂ ਸਹੀ ਅਚਾ ਫਿਲਮ ਦੇ ਜੇ ਅਪਾ ਮਿਊਜ਼ਿਕ ਦੀ ਗੱਲ ਕਰੀਏ ਮਿਊਜ਼ਿਕ ਦਾ ਹਨਾ ਤਾਂ ਪੁੱਛਣਾ ਤੁਹਾਨੂੰ ਇਹ ਪੁੱਛਾਂਗਾ ਕਿ ਕਿਹੜਾ ਇੱਕ ਗੀਤ ਐਦਾਂ ਦਾ ਹੈਗਾ ਜਿਹੜਾ ਕਿ ਦਿਲ ਨਾਲ ਜਿਵੇਂ ਪੁੱਤ ਜਿਹੜਾ ਮਾਂ ਦੇ ਬਹੁਤ ਕਰੀਬ ਹੁੰਦਾ ਤਾਂ ਇੱਕ ਐਦਾਂ ਦਾ ਕੋਈ ਗੀਤ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਕਰੀਬ ਹੈਗਾ ਫਿਲਮ ਦਾ ਇਸ ਫਿਲਮ ਦਾ ਜਿਹੜਾ ਸਭ ਤੋਂ ਅਮੇਜ਼ਿੰਗ गाना ਹੈ ਉਹ ਇਰਾ ਮੇਨ ਗਾਣਾ ਆਈ ਥਿੰਕ 47 ਟਾਈਟਲ ਟਰੈਕ वो तो मतलब मैं जिसलिए पहली बार सुनिया सी रवि शीन साढ़े म्यूजिक डायरेक्टर है उन्होंने बैकग्राउंड स्कोर भी किया उन्होंने जिसलिए मैंने सुनाया से का सोंग मैं पूरी तरह चौक हो गई सी सुन तो बात इट इज़ अमेजिंग कोई भी सुनेगा वो मतलब इट्स ब्यूटिफुल अपने आप हाँ पूरी फिल्म की स्टोरी है हाँ जी काफ़ी right. स्टोरी नरेट भी करता तो ਸਚਾਈ ਨੂੰ ਦਰਸਾਉਂਦਾ ਹੈ ਕਾਫੀ ਲਿਰਿਕਸ ਕਾਫੀ ਅੱਛੇ ਲਿਖੇ ਨੇ ਜੀ ਸਾਰੇ ਸੌਂਗਸ ਦੇ ਆਲਮੋਸਟ ਅੱਛੇ ਨੇ ਬਟ ਦੇ ਦਿਸ ਸੌਂਗ ਇਜ਼ ਗੁੱਡ ਵਿ ਟਾਈਟਲ ਸੌਂਗ ਵੀ ਆ ਫਿਲਮ ਦਾ ਅੱਛਾ ਇੱਕ ਜਦੋਂ ਫਿਲਮ ਸ਼ੂਟ ਹੁੰਦੀ ਹੈ ਡਾਇਲੋਗ ਪੋਰਸ਼ਨ ਸ਼ੂਟ ਹੁੰਦਾ ਉਹ ਇੱਕ ਵੱਖਰਾ ਮਾਹੌਲ ਹੁੰਦਾ ਹੈ ਕਿ ਨਹੀਂ ਬਟ ਜਦੋਂ ਇੱਕ ਗਾਣਾ ਸ਼ੂਟ ਹੁੰਦਾ ਖਾਸ ਤੌਰ ਤੇ ਐਦਾਂ ਦਾ ਗਾਣਾ ਸ਼ੂਟ ਹੋਵੇ ਤਾਂ ਉਦੋਂ ਕੀ ਮਾਹੌਲ ਫਿਰ ਚੱਲਦਾ ਸੀਗਾ ਐਕਚੁਅਲੀ ਉਦੋਂ ਪਤਾ ਨਹੀਂ ਚੱਲਦਾ ਹਾਂ ਜਦੋਂ ਐਦਾਂ ਦੇ ਗਾਣੇ ਹੁੰਦੇ ਨੇ ਨਾ ਜਿੱਚ ਲਿਪਸਿੰਕ ਨਹੀਂ ਹੁੰਦਾ ਹਾਂ ਹਾਂ ਬਿਕੋਜ਼ देयर इज नो ਲਿਪ ਸਿੰਕ ਟੂ ਥਿਸ ਇਹ ਜੋ ਗਾਣਾ ਟਾਈਟਲ ਟਰੈਕ ਹੈ ਔਰ ਇੱਕ ਰਾਤ ਗਾਣਾ ਹੈ ਫਿਲਮ ਦਾ ਇਹ ਜੋ ਦੋਨੇ ਗਾਣੇ ਨੇ ਫਿਲਮ ਦੀ ਸਟੋਰੀ ਦੇ ਨਾਲ ਨਾਲ ਹੀ ਅੱਗੇ ਚੱਲਦੇ ਨੇ ਬਿਲਕੁਲ ਸਮਝ ਲਓ ਕਿ ਬੈਕਗ੍ਰਾਉਂਡ ਮੋਂਟੇਜਸ ਸ਼ੂਟ ਕੀਤੇ ਹੋਏ ਤੁਸੀਂ ਅਲਾਈਨਕ ਹੈ ਨਹੀਂ ਇਹਦੇ ਵਿੱਚ ਬਿਲਕੁਲ ਵੀ ਸੋ ਵੀ ਡੋਨਟ نو ਕਿ ਕਿਹੜਾ ਪੋਰਸ਼ਨ ਕਿੱਥੇ ਲੱਗਣ ਵਾਲਾ ਹੈ ਹਾਂ ਰਾਈਟ ਰਾਈਟ ਉਹ ਸਾਰੀ ਸਟੋਰੀ ਫਿਰ ਉਹਦੇ ਵਿੱਚ ਹੀ ਡਾਇਰੈਕਟ ਹੁੰਦੀ ਹੈ ਇਸ ਦੇ ਬਿਆਹ ਹੁੰਦੀ ਹੈ ਪੂਰੀ ਇਹਨਾਂ ਗਾਣੇ ਦੇ ਥਰੂ ਓਕੇ ਓਕੇ ਕਿਤੇ ਵੀ ਆਉਂਦੇ ਆ ਫਿਲਮ ਚ ਮਲੇ ਦੇ ਕਿਨ ਕਮ ਇਟ ਐਨੀ ਇੰਪੋਰਟੈਂਟ ਪਾਰਟ ਕੋਈ ਡਾਇਲੋਗ ਐਦਾਂ तो चोक करता कोई भी है, एक मेरा फेवरेट है हाँ जी। जी। जिस वे जो मेन है और पहले सीन सिर्फ पासिंग पर राजीव हैज दिसक ऑफ मेकिंग ब्यूटिफुलीव ने कहा नहीं यहाँ पे कुछ चाहिए तो कोर्ट के बाहर हम दोनों <coughs> मिलते हैं क्रॉस करते हैं मैं लिटरली केस मतलब हार गई हूँ तो मैं उसको कहती इस अदालत है। पर इस अदालत तो उपर भी एक अदालत है रतन लाल कतल करवाए ने तू बड़ी सफाई दे नाल। असी भी लिखना इतिहास लहू की सियाही बहुत, बहुत साहब ये बहुत सारे राइटर हैं इसमें लेकिन हाँ, अच्छा, क्योंकि उस दिन सेट पे सेट दे ऊपर ही सो मेनी पीपल वर सिटिंग राजीव बबली जी <coughs> और एक राइटर और हैं जो रोल भी प्ले कर रहे थे इसमें एसपी का प्रीतम सिंह का जी तो सबने मिलके इसको लिखा और आशीष जी की कंट्रीब्यूशन है सो इसमें बहुत लोगों का कंट्रीब्यूशन है इस छोटे से मतलब ये जो पार्ट सी फिल्म दा है कोई प्री प्रोडक्ट मतलब प्री प्रोडक्शन अंदर या स्क्रिप्ट दे अंदर असली ये इंप्रोवाइज होया उथे काफी अच्छा मतलब इंपैक्ट पा रहा है फिल्म के अंदर काफी सही गल है ਤੁਸੀਂ ਆਸ਼ੀਸ਼ ਦੁੱਗਲ ਜੀ ਦੀ ਗੱਲ ਕੀਤੀ ਹੈ ਉਹ ਬਹੁਤ ਮੰਨੇ ਪ੍ਰਮੰਨੇ ਐਕਟਰ ਹੈਗੇ ਨੇ ਪੰਜਾਬੀ ਇੰਡਸਟਰੀ ਤੇ ਇੱਕ ਵੱਖਰਾ ਜਿਹਾ ਉਹਨਾਂ ਦਾ ਵੀ ਡਿਫਰੈਂਟ ਔਰਾ ਐ ਸਟਾਈਲ ਹੈ ਉਹਨਾਂ ਦੇ ਬਾਰੇ ਦੱਸੋ ਉਹਨਾਂ ਦੇ ਕਿਰਦਾਰ ਬਾਰੇ ਤੇ ਉਹਨਾਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਤੁਹਾਨੂੰ ਮੈਂ ਆਸ਼ੀਸ਼ ਜੀ ਨਾਲ ਪਹਿਲੀ ਵਾਰ ਕੰਮ ਕੀਤਾ ਹੈ ਬਟ ਹੀ ਇਜ਼ ਅਮੇਜ਼ਿੰਗ ਉਹ ਆਪਣੀ ਕੈਰੈਕਟਰ ਤੇ ਇੰਨਾ ਵਰਕ ਕਰਦੇ ਹੈ ਕਾਸਟਿਊਮ ਲੁੱਕ ਮਤਲਬ ਹੀ ਇਜ਼ ਬਹੁਤ ਹਾਰਡ ਵਰਕਿੰਗ ਹੈ I think he's a example one should learn from him. Uh -huh. मतलब वो पहले तो ये सुन के कि मैं इस कैरेक्टर ਨਾਲ ਇਦਾਂ ਕਰਨਾ ਐ ਡਾਇਲੌگز ਹੋਣਗੇ। اچھا ਤੁਸੀਂ ਮੈਨੂੰ ਜਿਹੜੀ ਸਕ੍ਰਿਪਟ ਦਿੱਤੀ ਹੈ ਔਰ ਮੈਂ ਸੋਚਿਆ ਹੈ ਡਾਇਲੌگز ਨਾਲ ਮੈਂ ਐਵੇਂ ਬੋਲਾਂਗਾ। You know he's so into it. He's so uh -huh. passionate about it. Which is amazing. ਐਕਟਰ ਨੂੰ ਨਾ ਪੈਸ਼ਨੇਟ ਹੋਣਾ ਚਾਹੀਦਾ। ਹੋਣਾ ਚਾਹੀਦਾ ਹੈਗਾ। ਯਾ ਬਿਲਕੁਲ ਸਹੀ। ਜੇ ਤੁਹਾਨੂੰ ਕਿਹੜੇ ਇੱਕ ਇਦਾਂ ਦੇ ਐਕਟਰਸ ਸੀਗੇ ਜਿਨ੍ਹਾਂ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਵੀ ਯਾਰ ਉਹਨਾਂ ਦਾ ਆਹ ਗੁਣ ਤਾਂ ਮੈਂ ਚੋਰੀ ਕਰ ਲਾਂ। ਅਸ਼ੀਸ਼ ਦੁੱਗਲ ਜੀ ਤੋਂ ਵੀ ਹੈ ਜਿਵੇਂ ਇਹਨਾਂ ਨੇ ਦੱਸਿਆ। ਕਿਉਂਕਿ ਐਜ਼ ਇਨ ਲਾਈਕ ਮੇਰੀ ਤਾਂ ਫਰਸਟ ਫਿਲਮ ਹੈ ਜੀ ਤੇ ਮੈਂ ਤਾਂ ਸਿੱਖਦਾ ਹੀ ਰਹਿੰਦਾ ਸੀਗਾ ਤੇ ਕਿ ਜੋ ਐਕਟਿੰਗ ਹੈ ਜੋ ਆਪਾਂ ਕਹ ਲਈਏ ਜੋ ਇੱਕ ਪ੍ਰੋਸੈਸ ਹੀ ਲਰਨਿੰਗ ਪ੍ਰੋਸੈਸ ਹੈ ਬੰਦਾ ਤੁਸੀਂ ਕਹਦੇ ਆਪਾਂ ਪਰਫੈਕਟ ਹੋ ਜਾਾਂਗੇ ਕੋਈ ਪਰਫੈਕਟ ਨਹੀਂ ਹੋ ਸਕਦਾ ਇੱਕ ਲਰਨਿੰਗ ਪ੍ਰੋਸੈਸ ਹੈ ਤਾਂ ਮਤਲਬ ਮੈਂ ਦੇਖਦਾ ਰਹਿੰਦਾ ਸੀ ਜਰਨੈਲ ਜੀ ਜੋ ਕੈਰੈਕਟਰ ਪਲੇ ਕਰ ਰਹੇ ਨੇ ਉਹਨਾਂ ਦਾ ਉਹਨਾਂ ਦੀ ਡਾਇਲੌਗ ਡਿਲੀਵਰੀ ਤੇ ਉਹ ਸਾਰੀਆਂ ਚੀਜ਼ਾਂ ਮੈਂ ਨੋਟਿਸ ਕਰਦਾ ਸੀ ਵੀ ਕਿਸ ਤਰ੍ਹਾਂ ਕਰਦੇ ਨੇ ਕਿਉਂਕਿ ਉੱਥੇ ਥੀਏਟਰ ਆਰਟਿਸਟ ਨੇ ਜੀ ਥੀਏਟਰ ਪਲੇਸ ਕਰਦੇ ਨੇ ਹਾਂ ਤਾਂ ਮੈਨੂੰ ਉਹ ਮੈਂ ਕਹਿੰਦਾ ਨਹੀਂ ਸੀ ਜਾ ਕੇ ਬਸ ਮੈਂ ਨੋਟਿਸ ਕਰਦਾ ਰਹਿੰਦਾ ਸੀਗਾ ਵੀ ਕਿਸੇ ਉਹਦੀ ਕੀ ਕੁਆਲਿਟੀ ਅੱਛੀ ਹੈ ਜਾਂ ਦੇਖ ਲਈ ਆਪਾਂ ਕਿ ਸਿੱਖਣ ਨੂੰ ਮਿਲਦਾ ਔਰ ਮੇਰੇ ਨਾਲੇ ਨਤਾਸ਼ਾ ਤੋਂ ਧੀ ਵਾਰੀ ਆਈ ਸੀ ਨਤਾਸ਼ਾ ਜੀ ਤੋਂ ਵੀ ਇੱਕ ਠਹਿਰਾਵ ਮਤਲਬ ਜੋ ਮੈਨੂੰ ਨਾ ਤੋਂ ਸਿੱਖਣ ਨੂੰ ਮਿਲਿਆ ਜੋ ਕਿਉਂਕਿ ਮੈਂ ਥੋੜਾ ਜਿਹਾ ਨਾ ਕਾਲੀ ਜਿਆਦਾ ਕਰਦਾ ਐਕਟਿੰਗ ਵੇਲੇ ਮੇਰੇ ਅੰਦਰ ਥੋੜੀ ਜੀ ਮੈਨੂੰ ਲੱਗਿਆ ਵੀ ਥੋੜੇ ਪੇਸ਼ੈਂਸ ਲਿਹਾਉਣੇ ਚਾਹੀਦੇ ਆ ਉਹ ਮੈਨੂੰ ਇਹਨਾਂ ਤੋਂ ਇੱਕ ਦੇਖਿਆ ਮੈਂ ਕਿ ਠਹਿਰਾਵ ਥੋੜਾ ਜਿਹਾ ਹੋਣਾ ਚਾਹੀਦਾ ਠੀਕ ਜੀ ਆਪਣੇ ਹਿੰਦੀ ਜਿਹੜੇ ਸੀਰੀਅਲ ਇੰਡਸਟਰੀ ਆ ਖਾਸ ਤੌਰ ਤੇ ਬਾਲੀਵੁੱਡ ਇੰਡਸਟਰੀ ਉਹਨਾਂ ਵਿੱਚ ਬਹੁਤ ਮਗੇ ਹੋਏ ਕਲਾਕਾਰ ਨੇ ਇਹ ਤਾਂ ਬਹੁਤ ਨਾਮ ਦੇ ਨਾਲ ਨਾਲ ਤਜਰਬਾ ਵੀ ਹੈਗਾ ਖਾਸ ਤੌਰ ਤੇ ਉਹ ਤਜਰਬਾ ਖਾਟਣਾ ਬਹੁਤ ਮੁਸ਼ਕਿਲ ਹੈ ਸੋ ਵਾਕਈ ਸਿੱਖਣ ਦੀ ਇੱਕ ਮੂਰਤ ਹੈਗੇ ਨੇ ਆਪਾਂ ਇਹ ਕਹਿ ਸਕਦੇ ਹਾਂ ਜੀ ਸੋ ਆਬਵੀਅਸਲੀ ਸਾਰਿਆਂ ਨੇ ਸਿੱਖਿਆ ਵੀ ਹੋਣਾ ਹਾਂ ਜੀ ਸਿੱਖਿਆ ਹੀ ਹੈ ਜੀ ਅਰਦਾਨ ਪ੍ਰਦਾਨ ਨਾ ਨਹੀਂ ਜਦ ਤੱਕ ਆਪਦੀ ਲਰਨਿੰਗ ਚਲਤੀ ਨਹੀਂ ਰਹੇਗੀ ਫਿਰ ਤਾਂ ਆਪ ਕਦੇ ਗਰੋ ਹੀ ਨਹੀਂ ਕਰ ਸਕੋ ਜੀ ਜੀ ਬਿਲਕੁਲ ਸਹੀ ਕਰ ਰਹੇ ਹੋ ਯੂ ਹੈਵ ਟੂ ਕੀਪ ਲਰਨਿੰਗ ਆ ਦੋਸਤੋ ਫਿਲਮ ਸੰਤਾਲੀ ਤੋਂ 84 ਦੀ ਸਟਾਰ ਕਾਸਟ ਨਾਲ ਆਪਾਂ ਗੱਲਾਂ ਕਰ ਰਹੇ ਆ ਨਤਾਸ਼ਾ ਰਾਣਾ ਜੀ ਤੇ ਜ਼ਫਰ ਟਿਲੋ ਇੱਥੇ ਹੈਗੇ ਨੇ ਤੇ ਹੁਣ ਇੱਥੇ ਇੱਕ ਵਿਲਾਗ ਹੈ ਜੀ ਬ੍ਰੇਕ ਲੈਂਡ ਦਾ ਤੇ ਬ੍ਰੇਕ ਤੋਂ ਉਸ ਬਾਅਦ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਉਹ ਸਰਪ੍ਰਾਈਜ਼ ਕੀ ਹੈ ਜੀ ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ ਹੀ ਦੱਸਾਂਗਾ ਆਪਾਂ ਮਿਲਦੇ ਆਂ ਫਿਰ ਇੱਕ ਬ੍ਰੇਕ ਤੋਂ ਬਾਅਦ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਸੁਪਰਸਟਾਰ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਹਾਂ 47 ਤੋਂ 84 ਦੀ ਸਟਾਰ ਕਾਸ ਦੇ ਨਾਲ ਤੇ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਡਾ ਨਾਲ ਵਾਅਦਾ ਕੀਤਾ ਸੀ ਕਿ ਇੱਕ ਸਰਪ੍ਰਾਈਜ਼ 엘ਮੈਂਟ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਾਂ ਉਹ ਸਰਪ੍ਰਾਈਜ਼ ਸਾਡੇ ਵਿੱਚਕਾਰ ਪਹੁੰਚ ਚੁੱਕਿਆ ਜੀ ਮੈਂ ਗੱਲ ਕਰ ਰਿਹਾ ਹਾਂ ਇਸ ਫਿਲਮ ਦੇ ਡਾਇਰੈਕਟਰ ਤੇ ਨੈਸ਼ਨਲ ਅਵਾਰਡ ਵਿਨਰ ਫਿਲਮ ਮੇਕਰ ਰਾਜੀਵ ਸ਼ਰਮਾ ਜੀ ਜੀ ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਮੌਕਾ ਦੇ ਰਹੇ ਆ ਦਰਸ਼ਕਾਂ ਦੇ ਮੂਰੂ ਹੋਣ ਦਾ ਨਹੀਂ ਨਹੀਂ ਜੀ ਨਹੀਂ ਬਿਲਕੁਲ ਤੁਹਾਡੀਆਂ ਨਵੀਂ ਸੋਚ ਦੇ ਜ਼ਰੀਏ ਜਿਹੜੀਆਂ ਫਿਲਮਾਂ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਜਾਨ ਮਿਲ ਰਹੀ ਹੈ ਤਾਂ ਉਹਦੇ ਲਈ ਤੁਹਾਡਾ ਧੰਨਵਾਦ ਅਸੀਂ ਇਨਫੈਕਟ ਕਰਦੇ ਹਾਂ ਜੀ ਇਸ ਚੀਜ਼ ਲਈ ਪਹਿਲੀ ਵਾਰ ਮੌਕਾ ਮਿਲਦਾ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਰਾਜੀਵ ਜੀ ਤਾਂ ਤੁਹਾਨੂੰ ਮੁਬਾਰਕਾ ਦੇਣਾ ਚਾਹਾਂਗਾ ਆਪਣੇ ਵੱਲੋਂ ਕਿ ਤੁਸੀਂ ਜਿਹੜੀ ਐਂਟਰੀ ਮਾਰੀ ਹੈ ਉਹੀ ਨੈਸ਼ਨਲ ਅਵਾਰਡ ਐਜ਼ ਆ ਨੈਸ਼ਨਲ ਅਵਾਰਡ winner ਵੀ ਤੁਸੀਂ ਰਹੇ ਹੋ ਫਿਲਮ ਮੇਕਿੰਗ ਦੇ ਵਿੱਚ ਜੀ ਮੈਂ ਨਾਬਰ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਧੰਨਵਾਦ ਕਰ ਤੇ ਨਾਬਰ ਤੋਂ ਬਾਅਦ ਹੁਣ ਦੂਸਰਾ 47 ਤੋਂ 84 ਪ੍ਰੋਜੈਕਟ ਤਿਆਰ ਹੋ ਗਿਆ ਸਾਹਮਣੇ ਪ੍ਰੋਮੋਸ ਚੱਲ ਰਹੇ ਨੇ ਫਿਲਮ ਰਿਲੀਜ਼ ਤੇ ਆ ਤਾਂ ਇੱਕਦਮ ਨਾਬਰ ਤੇ ਉਸ ਤੋਂ ਬਾਅਦ ਫਿਰ 47 ਤੋਂ 84 ਕੀ ਇਹ ਪਲੈਨਿੰਗ ਵਿੱਚ ਸੀਗਾ ਕਿ ਆਪਾਂ ਐਦਾਂ ਚੱਲਣਾ ਜਾਂ ਫਿਰ ਇੱਕਦਮ ਆ ਜੀ ਨਹੀਂ ਮੈਂ ਨਾਬਰ ਤੋਂ ਬਾਅਦ ਬੇਸਿਕਲੀ ਔਰਤਾਂ ਦੇ ਵਿਸ਼ੇ ਨੂੰ ਲੈ ਕੇ ਇੱਕ ਫਿਲਮ ਬਣਾਉਣਾ ਚਾਹੁੰਦਾ ਸੀ ਰਕਾਨ ਮੈਂ ਅਨਾਉਂਸ ਵੀ ਕੀਤੀ ਸੀਗੀ ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਪੰਜਾਬੀ ਸਿਨੇਮੇ 'ਚ ਇਹ ਤੇ ਖਾਸ ਤੌਰ ਤੇ ਜਿਹੜੀਆਂ ਅ ਵੂਮਨ ਕਰੈਕਟਰ ਨੇ ਉਹ ਬਹੁਤ ਸਟਰੋਂਗ ਨਹੀਂ ਹੁੰਦੇ ਜਦੋਂ ਕਿ ਪੰਜਾਬ ਚ ਬਹੁਤ ਸਟਰੋਂਗ ਵੂਮਨ ਕਰੈਕਟਰ ਐਕਚੁਅਲੀ ਹੋਏ ਨੇ ਲਿਟਰੇਚਰ ਚ ਵੀ ਨੇ ਹਿਸਟਰੀ ਚ ਵੀ ਹੋਏ ਨੇ ਅਸਲ ਜ਼ਿੰਦਗੀ ਚ ਵੀ ਨੇ ਤੇ ਬਟ ਬਬਲੀ ਜੀ ਜਿਹੜੇ ਪ੍ਰੈਜ਼ੈਂਟਰ ਨੇ ਇਸ ਫਿਲਮ ਦੇ ਉਹਨਾਂ ਨੇ ਨਾਬਰ ਦੇਖੀ ਉਹਨਾਂ ਨੂੰ ਅੱਛੀ ਲੱਗੀ ਤੇ ਉਸ ਵਿਸ਼ੇ ਤੇ ਫਿਲਮ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਸ਼ੁਰੂ ਚ ਮੈਂ ਥੋੜਾ ਚ ਜ਼ਿਕਰਿਆ ਸੀਗਾ ਕਿਉਂਕਿ ਮੈਨੂੰ ਲੱਗਿਆ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ ਇਹ ਔਰ ਮੇਰੀ ਆਪਣੀ ਫੈਮਿਲੀ ਚ ਮਤਲਬ 84 ਦੇ ਜਿਹੜਾ ਵੀ ਕਤਲੇਆਮ ਹੋਇਆ ਉਹਦੇ ਚ ਨੁਕਸਾਨ اٹھਾਉਣ ਵਾਲੇ ਬੰਦੇ ਮੌਜੂਦ ਨੇ ਮੇਰੇ ਇਨ-ਲਾਸ ਉਹ ਦਿੱਲੀ ਰਹਿੰਦੇ ਸੀਗੇ ਉਹਨਾਂ ਨੂੰ ਇੱਥੋਂ ਪੰਜਾਬ ਜਾਣਾ ਪਿਆ ਤੇ ਫੈਮਿਲੀ ਹਲੇ ਤੱਕ ਵੀ ਸੈਟਲ ਨਹੀਂ ਹੋਈ ਪੂਰੀ ਤਰ੍ਹਾਂ ਜੀ ਤਾਂ ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਮੈਨੂੰ 84 ਦੀਆਂ ਦੱਸੀਆਂ ਸੋ ਉਹ ਉਹਨਾਂ ਕਰਕੇ ਵੀ ਤੇ ਵੈਸੇ ਵੀ 84 ਚ ਜੋ ਵੀ ਹੋਇਆ ਮਤਲਬ ਸਾਡਾ ਇੰਨਾ ਜਾਨੀ ਨੁਕਸਾਨ ਨਹੀਂ ਹੋਇਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਾਕੀ ਵੀ ਨੁਕਸਾਨ ਹੋਇਆ ਤੇ ਬਹੁਤ ਦਰਦਨਾਕ ਸੀ ਜੀ ਤੇ ਹਲੇ ਵੀ ਉਸ ਤੋਂ ਵੀ ਵੱਡੀ ਗੱਲ ਹੈ ਕਿ ਹਲੇ ਤੱਕ ਵੀ ਇਨਸਾਫ ਨਹੀਂ ਮਿਲਿਆ ਸੋ ਇਹ ਬਹੁਤ ਗੰਭੀਰ ਵਿਸ਼ਾ ਸੀਗਾ ਮੈਨੂੰ ਇਹ ਹੀ ਸੀਗਾ ਵੀ ਅਸੀਂ ਇੰਨੀ ਗੰਭੀਰ ਵਿਸ਼ੇ ਦੇ ਨਾਲ ਨਿਆਂ ਕਰ ਸਕਾਂਗੇ ਜਾਂ ਨਹੀਂ ਕਰ ਸਕਾਂਗੇ ਸੋ ਥੋੜਾ ਜਿਹਾ ਮੈਂ ਟਾਈਮ ਲੱਤਾ ਫਿਰ ਮੈਨੂੰ ਇੱਕ ਗੱਲ ਲੱਗੀ ਕਿ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਪਹਮੇ ਬਹੁਤ ਵੱਡੀ ਜਾਂ ਬਹੁਤ ਮਹਾਨ ਫਿਲਮ ਨਾ ਬਣਾ ਸਕਾਂ ਪਰ ਕਈ ਵਿਸ਼ੇ ਇਦਾਂ ਦੇ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਬਾਰੇ ਬਾਰ ਬਾਰ ਗੱਲ ਕਰਨਾ ਬਹੁਤ ਜ਼ਰੂਰੀ ਹੁੰਦਾ ਤਾਂ ਮੈਨੂੰ ਲੱਗਿਆ ਕਿ ਫਿਲਮ ਚਲੋ ਅਸੀਂ ਜਿੱਦਾਂ ਦੀ ਵੀ ਬਣਾ ਸਕੀਏ ਇਹ ਬਹੁਤ ਗੰਭੀਰ ਵਿਸ਼ਾ ਹੈ ਦੇ ਬਾਰੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਸੋ ਮੈਨੂੰ ਇਹਨਾਂ ਤਾਂ ਜ਼ਰੂਰ ਸੀ ਕਿ ਜਦੋਂ ਅਸੀਂ ਫਿਲਮ ਬਣਾਵਾਂਗੇ ਇਸ ਬਾਰੇ ਗੱਲ ਹੋਏਗੀ ਸੋ ਫਿਰ ਮੈਂ ਬਬਲੀ ਜੀ ਨੂੰ ਕਿਹਾ ਜੀ ਮੈਂ ਜ਼ਰੂਰ ਕਰਾਂਗੇ ਫਿਲਮ ਚ ਸੋ ਇਸ ਤਰੀਕੇ ਨਾਲ ਇਸ ਫਿਲਮ ਦੀ ਸ਼ੁਰੂਆਤ ਹੋਈ ਮੇਰੇ ਵੱਲੋਂ ਫਿਲਹਾਲ ਇੱਕ ਨਤਾਸ਼ਾ ਜੀ ਨੂੰ ਸਵਾਲ ਇਹ ਹੈ ਕੀ ਤੁਸੀਂ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਕਰ ਰਹੇ ਹੋ ਹਲੇ ਨਾਲ ਦੇ ਨਾਲ ਵੀ ਸੀਰੀਅਲਸ ਵਿੱਚ ਵੀ ਕੰਮ ਕੀਤਾ ਪੰਜਾਬੀ ਇੰਡਸਟਰੀ ਤੁਸੀਂ ਰਾਜੀਵ ਸ਼ਰਮਾ ਜੀ ਨਾਲ ਕੰਮ ਕੀਤਾ ਪਹਿਲੀ ਵਾਰ ਕਿ ਨਹੀਂ ਹਾਂਜੀ ਤਾਂ ਕਿਹਾ ਜਾ ਕਿਹੋ ਜਿਹਾ ਐਕਸਪੀਰੀਅੰਸ ਤੁਹਾਡਾ 올 ਇਨ 올 ਰਿਹਾ ਮੈਂ ਤੁਹਾਨੂੰ ਸ਼ਾਇਦ ਇਹ ਰਾਜਵ ਪਹਿਲੇ ਵੀ ਦੇ ਚੁੱਕੀ ਹਾਂ ਹਾਂ ਮੈਂ ਕਿਹਾ ਹੁਣ ਸਾਹਮਣੇ ਬੈਠਿਆ ਤਾਂ ਹੁਣ ਮੈਂ ਦੁਬਾਰਾ ਵੀ ਸੋਣਾ ਮੈਨੂੰ ਲੱਗਦਾ ਹੈ ਕਿ ਮੇਰੀ ਜਗ੍ਹਾ ਕਿਸੇ ਨੇ ਵੀ ਕੰਮ ਕੀਤਾ ਹੁੰਦਾ ਤਾਂ ਉਰਲੀ ਬਹੁਤ ਈਜ਼ੀ ਹੁੰਦਾ ਔਰ ਉਹਦਾ ਕਾਰਨ ਨਹੀਂ ਹੈ ਕਿ ਉਹਦੇ ਡਾਇਰੈਕਟਰ ਰਾਜੀਵ ਹੈ ਇੱਕ ਇਹਨਾਂ ਦੀ ਖਾਸੀਅਤ ਇੱਕ ਐਦਾਂ ਦੀ ਜਿਹੜੀ ਕਿ ਭਾਗ ਹੀ ਹੋਵੇ ਇਹ ਹਰੇਕ ਬੰਦੇ ਦੀ ਇੱਕ ਯੂਐਸਪੀ ਆਪਾਂ ਯੂਨਿਕ ਸੇਲਿੰਗ ਪੁਆਇੰਟ ਕਹ ਦਿੰਨੇ ਆ ਇਹਨਾਂ ਦੀ ਨਾ ਜਿਹੜੀ ਰਿਲੇਸ਼ਨਸ਼ਿਪ ਦੇ ਬਾਰੇ ਜਿਹੜੀ ਛੋਟੇ ਛੋਟੇ ਸਟਲ ਜੀਆਂ ਚੀਜ਼ਾਂ ਦੱਸਦੇ ਨੇ ਨਾ ਹਾਂ ਹਾਂ ਕੈਰੈਕਟਰ ਦੇ ਬਾਰੇ ਜੀ ਉਹ ਸੁਣਨ ਚ ਤੁਹਾਨੂੰ ਲੱਗੇਗਾ ਕਿ ਨਿਕਲ ਗਿਆ ਐਵੇਂ ਕੁਝ ਬਟ ਇਫ ਯੂ ਟ੍ਰਾਈ ਟੂ ਅੰਡਰਸਟੈਂਡ ਹਿਮ ਵਾਟ ਹੀ ਇਸ ਟਾਕਿੰਗ ਅਬਾਊਟ ਫਿਰ ਤੁਹਾਨੂੰ ਸਮਝ ਆਂਦਾ ਹੈ ਕਿ ਓਕੇ ਹੀ ਇਸ ਗਿਵਿੰਗ ਯੂ ਸਮਥਿੰਗ ਡੀਪ ਯੂ ਹੈਵ ਟੂ ਹੋਲਡ ਇਟ ਹਾਂ ਹਾਂ ਹੀ ਮਾਈਟ ਨਾਟ ਗਿਵ ਯੂ ਸਮਥਿੰਗ ਵੈਰੀ ਬਿਗ ਕਿ ਇਸ ਤਰ੍ਹਾਂ ਕਰ ਲੋ ਐਦਾਂ ਕਰ ਲੋ ਬਟ ਓਰੇ ਵਿੱਚ ਵੀ ਵੈਨ ਯੂ ਆਸਕ ਹਿਮ ਹੀ ਵਿਲ ਸੇ ਸਮਥਿੰਗ ਜੇ ਤੁਹਾਨੂੰ ਸਮਝ ਆ ਗਿਆ ਇਟ ਵਿਲ ਬੀ ਬਿਊਟੀਫੁਲ ਤੇ ਜ਼ਫਰ ਕਦੇ ਐਦਾਂ ਹੋਇਆ ਕਿ ਰਾਜੀਵ ਜੀ ਵੱਲੋਂ ਤੁਹਾਨੂੰ ਸੈੱਟ ਤੇ ਹੋਇਆ ਹੋਵੇ ਕਿ ਯਾਰ ਇਹ ਅੱਖਗੇ ਹੁਣ ਕੀ ਯਾਰ ਨਿਕਲ ਨਹੀਂ ਰਹੀ ਹੈਗੀ ਚੀਜ਼ ਕਦੇ ਹੋ ਜਾਂਦਾ ਨਾ ਐਦਾਂ ਯਾਰ ਵੀ ਤੁਝਾ ਤੁਹਾਨੂੰ ਫੀਲ ਹੋਇਆ ਵੀ ਯਾਰ ਰਾਜੀਵ ਜੀ ਆ ਚਾਰੇ ਮੇਤੋਂ ਨਿਕਲ ਨਹੀਂ ਰਹੀ ਫਿਰ ਫ੍ਰਸਟ੍ਰੇਸ਼ਨ ਪੁਆਇੰਟ ਆ ਜਾਂਦਾ ਕਦੇ ਐਦਾਂ ਦੀ ਗੱਲ ਹੋਈ ਹੈ ਜਾਂ ਇਹਨਾਂ ਨੇ ਫਿਰ ਤੁਹਾਨੂੰ ਕੂਲ ਡਾਊਨ ਕੀਤਾ ਹੋਵੇ ਜਾਂ ਡਾਂਟਿਆ ਹੋਵੇ ਹਾਂ ਨਹੀਂ ਮੈਂ ਐਕਚੁਅਲੀ ਕਾਫੀ ਰਾਜੀਵ ਜੀ ਨਾਲ ਡਿਸਕਸ਼ਨ ਕਰਦਾ ਰਹਿੰਦਾ ਸੀਗਾ ਵੀ ਸਾਰੇ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਐਂ ਕਰੀਏ ਇਹ ਕਹਿੰਦੇ ਸੀ ਕੋਈ ਗੱਲ ਨਹੀਂ ਤੂੰ ਅੱਛਾ ਕਰ ਰਿਹਾ ਹੈਂ ਤੇ ਬਸ ਇਹਨੂੰ ਮੇਨਟੇਨ ਕਰ ਤੇ ਅੱਛਾ ਹੋ ਰਿਹਾ ਸਭ ਮਲੇ ਇਹਨਾਂ ਦੀ ਸਿਰਫ ਇੰਨੀ ਵਰਡਿੰਗ ਹੁੰਦੀ ਸੀ ਮੈਨੂੰ ਬਸ ਉਸ ਨਾਲ ਆਪਾਂ ਨੂੰ ਇੱਕ ਕੰਫੀਡੈਂਸ ਮਿਲ ਜਾਂਦਾ ਸੀ ਬਸ ਯਾਰ ਠੀਕ ਹੈ ਆਪਣੇ ਡਾਇਰੈਕਟਰ ਨੇ ਓਕੇ ਕਰਤਾ ਤਾਂ ਦੱਬੀ ਹੋਈ ਨਾ ਹੀ ਮੈਨ ਆਫ ਵੈਰੀ ਲिटल ਵਰਡਸ ਇੱਕ ਵਰਡ ਬੋਲ ਦਿਆ ਯੂ ਹੈਵ ਟੂ ਕੈਚ ਇਟ ਹੋਰ ਮੋਸਟ ਕੀ ਦੱਸ ਸਕਦੇ ਆ ਇਦਾਂ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਬਈ ਕਈ ਵਾਰ ਹੁੰਦਾ ਨਾ ਮਾਸਟਰ ਦੀ ਡਾਂਟ ਵੀ ਕੰਮ ਪੈ ਜਾਂਦੀ ਹੈ ਹਾਂ ਡਾਂਟ ਵਗੈਰਾ ਵੀ ਥੋੜੀ ਬਹੁਤ ਤੇ ਕੀਤੀ ਹੈ ਸਰ ਨੇ ਇਹੋ ਜ ਕਾਫੀ ਰੌਲਾ ਰੱਪਾ ਹੋ ਜਾਂਦਾ ਹੈ ਕਈ ਵਾਰੀ ਸੀ ਨਾ ਟੱਗ ਗਿਆ ਕੋਈ ਟਾਈਮ ਦੀ ਬੜੀ ਇੱਕ ਪੂਰੀ ਠੰਡ ਦੇ ਵਿੱਚ ਅਸੀਂ ਪੂਰੀ ਫਿਲਮ ਸ਼ੂਟ ਕੀਤੀ ਹੈ ਟਾਈਮ ਸਾਡੇ ਕੋਲ بس ਘੰਟੇ ਬੜੇ ਕਮ ਹੁੰਦੇ ਹਨ ਹਾਂ ਹਾਂ ਬਿਲਕੁਲ ਹਿੰਦਿਆਨ ਦੇ ਅੰਦਰ ਡੇਜ਼ ਬੜੇ ਛੋਟੇ ਹੁੰਦੇ ਹੈ ਤਾਂ ਬਟ ਵੈਦਰ ਨੇ ਹੋਪਫੁਲੀ ਸਾਡੀ ਕਾਫੀ ਹੈਲਪ ਕੀਤੀ ਹੈ ਮਤਲਬ ਨੇਚਰ ਨੇ ਕਿਉਂਕਿ ਸਾਨੂੰ ਜਦੋਂ ਫੌਗ ਚਾਹੀਦੀ ਹੁੰਦੀ ਸੀਗੀ ਮਤਲਬ ਇਹ ਜੇ ਸਾਡੇ ਨਾਲ ਕੋਇਨਸੀਡੈਂਸ ਆਇਆ ਹੋ ਗਿਆ ਵੀ ਫੌਗ ਆ ਜਾਂਦੀ ਸਾਨੂੰ ਜਦੋਂ ਫੌਗ ਨਹੀਂ ਚਾਹੀਦੀ ਧੁੱਪ ਚਾਹੀਦੀ ਉਹਦੇ ਧੁੱਪ ਆ ਜਾਂਦੀ ਸੀ ਤੇ ਕਾਫੀ ਹੈਲਪ ਕੀਤਾ ਨੇਚਰ ਨੇ ਵੀ ਤੇ ਸਰ ਦੀ ਡਾਂਟ ਤਾਂ ਉਹ ਤਾਂ ਨੇਚਰਲ ਹੈ ਥ ਤੇ ਤੇ ਰਾਜੀਵ ਜੀ ਇੱਕ ਸਵਾਲ ਹੋਰ ਹੈਗਾ ਕਿ ਹਾਲਾਂਕਿ ਤੁਹਾਡੇ ਉੱਪਰ ਕਾਫੀ ਸਵਾਲ ਆਣੇ ਹੁਣ ਏਦਾਂ ਜਿਹੜੇ ਮੈਂ ਪੁੱਛਣੇ ਚਾਹਾਂਗਾ ਆਡੀਅנס ਵੀ ਜਾਣਨਾ ਚਾਹੂਗੀ ਜੀ 84 ਦੇ ਉੱਪਰ ਇੱਕਦਮ ਤੋਂ ਬਹੁਤ ਸਾਰੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਜੀ ਜਿਹੜਾ 1984 ਦੇ ਟੌਪਿਕ ਨੂੰ ਲੈ ਕੇ ਜੀ ਤਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਇਹ ਜ਼ਰੂਰੀ ਸੀਗਾ ਪਾਠ ਕੀ ਜਾਂ ਫਿਰ ਜੇ ਬਣਾਉਣ ਹੀ ਲੱਗ ਗਿਆ ਤਾਂ ਉਹਨਾਂ ਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ 47 84 ਬਹੁਤ ਵੱਡੀਆਂ ਕਟਨਾਵਾਨੀ ਸਾਡੇ ਮਤਲਬ ਦੇਸ਼ ਦੀ ਹਿਸਟਰੀ ਚ ਕਹ ਲਓ 47 ਚ ਕਿਉਂਕਿ ਦੋਨਾਂ ਧਿਰਾਂ ਨੇ ਇੱਕ ਦੂਜੇ ਦਾ ਨੁਕਸਾਨ ਕੀਤਾ ਉਹ ਅਲੱਗ ਤਰ੍ਹਾਂ ਦਾ ਦੁਖਾਨ ਸੀਗਾ ਹਾਂਜੀ ਪਰ 84 ਵਿੱਚ ਇੱਕ ਧਿਰ ਦਾ ਹੀ ਨੁਕਸਾਨ ਹੋਇਆ ਇਹ ਗੱਲ ਬੜੀ ਇੰਪੋਰਟੈਂਟ ਹੈ ਔਰ ਸਾਡੀ ਏਡੀ ਵੱਡੀ ਡੈਮੋਕ੍ਰੇਸੀ ਹੈ ਖਲੀ ਤੱਕ ਇਨਸਾਫ ਨਹੀਂ ਮਿਲਿਆ 30 ਸਾਲ ਹੋ ਗਏ ਇਸ ਕਰਕੇ 84 ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ 84 ਮੈਨੂੰ ਲੱਗਦਾ ਉਨਾਂ ਹੀ ਇੰਪੋਰਟੈਂਟ ਹੈ ਜਿੰਨਾ ਆਪਣੀ ਜੋ ਮੰਨਜ਼ ਨੇ ਕਹਿ ਲੋ ਜਹੂਦੀਆਂ ਦਾ ਨੁਕਸਾਨ ਹੋਇਆ ਮੈਂ ਇਹਨੂੰ ਉਸੇ ਲੈਵਲ ਤੇ ਦੇਖਦਾ ਹੋ ਸਕਦਾ ਲੋਕਾਂ ਨੂੰ ਲੱਗੇ ਕਿ ਮੈਂ ਬੜੀ ਵੱਡੀ ਗੱਲ ਕਹਿ ਰਿਹਾ ਜੇ ਉਸ ਸਬਜੈਕਟ ਤੇ ਇੰਨੀਆਂ ਸਾਰੀਆਂ ਫਿਲਮਾਂ ਬਣ ਸਕਦੀਆਂ ਔਰ ਇੰਨੀਆਂ ਸਾਰੀਆਂ achiyan film ban sakdiyan ਤਾਂ ਮੈਨੂੰ ਲੱਗਦਾ 84 ਤੇ ਵੀ ਬਹੁਤ ਸਾਰੀਆਂ achiyan film ban sakdiyan ਪਰ ਸਾਡਾ ਮਕਸਦ ਇਮਾਨਦਾਰੀ ਹੋਣੀ ਚਾਹੀਦੀ ਹੈ ਵਾਕਿਆ ਆਪਣੇ ਟੌਪਿਕ ਦੇ ਨਾਲ ਜੀ ਜੀ ਇਮਾਨਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕੁਝ ਕਹਿਣਾ ਚਾਹੁੰਦੇ ਆ ਲੋਕਾਂ ਨਾਲ ਕੁਝ ਸਾਂਝਾ ਕਰਨਾ ਚਾਹੁੰਦੇ ਆ ਇਸ ਬੈਕਡ੍ਰੌਪ ਨੂੰ ਰੱਖ ਕੇ ਅੱਛਾ ਇਹ ਮੈਂ ਵੈਦਰ ਦੋਨੇ ਜਣਾਂ ਨੂੰ ਪੁੱਛ ਚੁੱਕਿਆ ਹੈਗਾ ਕਿ ਜਿਹੜਾ ਇੱਕ ਇਹ ਟੌਪਿਕ ਹੈਗਾ ਕਮਰਸ਼ੀਅਲੀ ਖਾਸ ਤੌਰ ਤੇ ਜਿਹੜਾ ਹੈਗਾ ਕਿ ਵੀ ਇਹਨਾਂ ਨੇ ਚੂਜ਼ ਕਿਉਂ ਕੀਤਾ ਇਹ ਫਿਲਮ ਚੂਜ਼ ਕੀਤੀ ਹੈ ਤੁਹਾਨੂੰ ਵੀ ਮੈਂ ਇਹ ਚੀਜ਼ ਪੁੱਛਣੀ ਚਾਹੁੰਗਾ ਕਿ ਕਮਰਸ਼ੀਅਲ ਲੈਵਲ ਤੇ ਐਦਾਂ ਦੇ ਟੌਪਿਕਸ ਨੂੰ ਇਨਵੋਲਵ ਕਰਾਉਣਾ ਲੋਕਾਂ ਨੂੰ ਦੇਖਣ ਲਈ ਲੈ ਕੇ ਆਉਣਾ ਬਹੁਤ ਔਖਾ ਹੁੰਦਾ ਹੈਗਾ ਤਾਂ ਤੁਸੀਂ ਕਿੱਦਾਂ ਇਸ ਚੀਜ਼ ਨੂੰ ਲੈਣੋ ਇੱਕ ਚੈਲੰਜ ਲੈਣੇ ਹੋ ਰਿਸਪੌਂਸਿਬਿਲਟੀ ਲਓਗੇ ਕਿਸ ਤਰ੍ਹਾਂ ਨੂੰ ਫਿਰ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਚਾਹੋਗੇ ਕਿ ਮੈਂ ਆਪਣੀ ਆਡੀਅנס ਨੂੰ ਕਿੱਦਾਂ ਪੁੱਲ ਕਰਾਂ ਮੈਨੂੰ ਲੱਗਦਾ ਕਿ ਤੁਹਾਡਾ ਫਰਜ਼ ਹੈ ਐਕਚੁਅਲੀ ਮੈਂ ਇਹਨੂੰ ਫਰਜ਼ ਦੀ ਤਰ੍ਹਾਂ ਕਹਿਣਾ ਕਿ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਵਾਰਾ ਸੀਗਾ ਜਦੋਂ ਇਹ ਦੁਕਾਨ ਵਾਪਰੇਆ ਤੇ ਉਹਦੇ ਬਾਰੇ ਬਾਰ-ਬਾਰ ਗੱਲ ਕਰਨੀ ਜ਼ਰੂਰੀ ਹੈ ਐਜ਼ ਇਨ ਫਰਮ ਮੇਕਰ ਮੈਂ ਤਾਂ ਇਹਨੂੰ ਇਸੇ ਤਰੀਕੇ ਨਾਲ ਲੈਣਾ ਤੇ ਦੂਸਰਾ ਮਤਲਬ ਕੱਲੇ ਸਿੱਖਾਂ ਦੀ ਵੀ ਗੱਲ ਨਹੀਂ ਇਹ ਜਿਹੜਾ ਬੇਇਨਸਾਫੀ ਹੋਈ ਹੈ ਉਹ ਦੁਨੀਆ 'ਚ ਕਿਸੇ ਵੀ ਓਦਾਂ ਦੇ ਬੰਦੇ ਨੂੰ ਜਿਹੜਾ ਸੰਵੇਦਨਸ਼ੀਲ ਹੈ ਉਹ ਉਹ ਇਹਦੇ ਨਾਲ ਰਿਲੇਟ ਕਰ ਸਕਦਾ ਕਿਉਂਕਿ ਦੇਖੋ ਜਿਹੜੀ ਬੇਇਨਸਾਫੀ ਹੈ ਉਹ ਦੁਨੀਆ 'ਚ ਕਿਤੇ ਵੀ ਹੋਵੇ ਉਹ ਬੇਇਨਸਾਫੀ ਹੈ ਇਸ ਕਰਕੇ ਬੰਦੇ ਨਾਲ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਪਰ ਉਹ ਸੰਘਰਸ਼ ਕਰਦੇ ਆਂ ਔਰ ਜਿੱਤਦੇ ਆਂ ਸੋ ਉਹ ਮੈਨੂੰ ਲੱਗਦਾ ਚੀਜ਼ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਪੂਰੀ ਦੁਨੀਆ ਚ ਅਪੀਲ ਕਰਦੀ ਹੈ ਸੋ ਮੈਨੂੰ ਲੱਗਦਾ ਕਿ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਦੁਖਾਂਤ ਬਾਰੇ ਦੱਸਣਾ ਚਾਹੁੰਦੇ ਹੋ ਪਰ ਮਤਲਬ ਜਦੋਂ ਮੈਂ ਫਿਲਮ ਬਣਾਉਣੀ ਚਾਹੁੰਦਾ ਮੈਂ ਦੁਖਾਂਤ ਤੋਂ ਅੱਗੇ ਦੀ ਗੱਲ ਕਰਨਾ ਚਾਹੁੰਦਾ ਜਦੋਂ ਲੋਕੀ ਉਹਦੇ ਖਿਲਾਫ ਸੰਘਰਸ਼ ਕਰਦੇ ਤੇ ਜਿੱਤਦੇ ਆ ਸਹੀ ਗੱਲ ਹੈ ਕਿਉਂਕਿ ਉਮੀਦ ਤਾਂ ਹੋਣੀ ਚਾਹੀਦੀ ਹੈ ਫਿਲਮ ਚ ਜ਼ਰੂਰੀ ਹੈ ਮੇਰੇ ਲਈ ਮੈਂ ਕੋਈ ਵੀ ਫਿਲਮ ਬਣਾਵਾਂ ਉਹਦੇ ਚ ਇੱਕ ਉਮੀਦ ਇੱਕ ਆਸ ਹੋਣੀ ਬਹੁਤ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਕਿ ਅਸੀਂ ਲੋਕਾਂ ਨੂੰ ਉਮੀਦ ਦੇਣੀ ਹੈ ਕਿ ਜਿੱਥੇ ਵੀ ਕਿਤੇ ਧੱਕਾ ਹੁੰਦਾ ਉਹਦੇ ਖਿਲਾਫ ਖੜੋ ਤੇ ਲੜੋ ਤੇ ਪੰਜਾਬੀ ਖਾਸ ਤੌਰ ਤੇ ਹਮੇਸ਼ਾ ਇਦਾਂ ਕਰਦੇ ਆਏ ਕਰਦੇ ਨੇ ਤੇ ਆਸ ਰਿਹਾ ਬਹੁਤ ਪੰਜਾਬ ਦਾ ਤੇ ਮੈਨੂੰ ਲੱਗਦਾ ਕਿ ਸਾਡੀ ਫਿਲਮ ਪ੍ਰੇਰਣਾ ਦੇਵੇ ਲੋਕਾਂ ਨੂੰ ਬੇਇਨਸਾਫੀ ਦੇ ਖਿਲਾਫ ਲੜਨ ਦੀ ਕੀ ਬਾਤ ਹੈ ਜੀ ਬਿਲਕੁਲ ਜੀ ਅੱਛਾ ਨਤਾਸ਼ਾ ਜੀ ਤੁਹਾਡੇ ਤੋਂ ਮੈਂ ਜਾਨਣਾ ਚਾਹਾਂਗਾ ਕਿ ਤਾਨੂੰ ਕੀ ਲੱਗਦਾ ਕਿਹੜਾ ਪੰਜਾਬ ਦਾ ਯੂਥ ਹੈ ਹਾਲਾਂਕਿ ਤੁਸੀਂ ਹੁਣ ਮੁੰਬਈ ਰਹਿੰਦੇ ਹੋ ਬਟ ਸਟਿਲ ਤੁਸੀਂ ਇਸ ਮੂਵੀ ਦੌਰਾਨ ਸ਼ੂਟਿੰਗ ਦੌਰਾਨ ਲੋਕਾਂ ਵਿੱਚ ਵਿਚਰ ਰਹੇ ਹੋ ਲੋਕੀ ਸ਼ੂਟਿੰਗ ਦੇਖਣ ਆਉਂਦੇ ਰਹੇ ਹੋ ਤੁਹਾਨੂੰ ਕੀ ਲੱਗਦਾ ਕਿਹੜਾ ਯੂਥ ਖਾਸ ਤੌਰ ਤੇ ਹੈਗਾ ਕੀ ਇਹ ਰਿਲੇਟ ਕਰ ਪਾਏਗਾ ਦੇਖਣ ਲਈ ਆਏਗਾ ਇਸ ਫਿਲਮ ਨੂੰ ਮੈਨੂੰ ਲੱਗਦਾ ਉਹਨੂੰ ਆਨਾ ਚਾਹੀਦਾ ਹੈ ਕਿਉਂਕਿ ਇਟ ਇਜ਼ ਨਾਟ ਕਿ 84 ਚ ਹੋ ਗਿਆ ਚਲੋ ਜ਼ਿਆਦਾਤਰ ਲੋਗ ਇਹ ਕਹਿੰਦੇ ਭੁੱਲ ਜਾਓ 84 ਚ ਹੋ ਗਿਆ ਮੈਂ ਕਹਿੰਨੀ ਹ ਕਿਸੇ ਨਾਲ ਵੀ ਹੋ ਸਕਦਾ ਹੈ ਸਹੀ ਹੈ ਸੋ ਅਗਰ ਤੁਸੀਂ ਦੇਖੋਗੇ ਤੁਸੀਂ ਐਕਸਪੀਰੀਅੰਸ ਕਰਦੇ ਹੋ ਕਿ ਇਹ ਹੋਇਆ ਹੈ ਹੁਣ ਨਹੀਂ ਹੋਣਾ ਚਾਹੀਦਾ ਰਾਈਟ ਔਰ ਕੀਤਾ ਕਿਸੇ ਨੇ ਸਾਰਾ ਕੁਝ ਸਿਆਸੀ ਬੁਗੜਾ ਕਿਸੇ ਨੇ ਸੋ ਵੀ ਸ਼ੁਡ ਬੀ ਪ੍ਰਿਪੇਅਰਡ ਕਿ ਅਗਿਓ ਨਾ ਹੋਵੇ ਤੇ ਇਹ ਤਾਦੀ ਹੋਏਗਾ ਜਦੋਂ ਅਸੀਂ ਅਵੇਅਰ ਹੋਵਾਂਗੇ ਸਹੀ ਗੱਲ ਜਦੋਂ ਇਦਾਂ ਦੀਆਂ ਸੈਂਸਿਟਿਵ ਚੀਜ਼ਾਂ ਬਣਨ ਗਿਆ ਐਂਡ ਯੂਥ ਵਿਲ ਕਮ ਐਂਡ ਵਾਚ ਇਟ ਆਈ ਥਿੰਕ ਦੇ ਸ਼ੁਡ ਵਾਚ ਇਟ ਤੇ ਰਾਜੀਵ ਜੀ ਨਾਬਰ ਤੁਸੀਂ ਇੱਕ ਵੱਖਰਾ ਵਿਸ਼ਾ ਲੈ ਕੇ ਆਏ ਸੀਗੇ ਕਿ ਨਹੀਂ ਜੀ ਤੇ ਹੁਣ ਇਹ ਵੀ ਇੱਕ ਬਹੁਤ ਵੱਖਰਾ ਵਿਸ਼ਾ ਜਿੱਦਾਂ ਕਿ ਮੈਂ ਸਟਾਰਟਿੰਗ ਵਿੱਚ ਵੀ ਕਿਹਾ ਵਿਕਿ ਮੈਨੂੰ ਅੱਜ ਖੁਸ਼ੀ ਵੀ ਮਹਿਸੂਸ ਹੈ ਕਿ इमोशनल ਪੱਖ ਵੀ ਹੈ ਦੋ ਚੀਜ਼ਾਂ ਨੇ ਜਿਕੇ ਡਿਫਰੈਂਟ ਇੱਕ ਟਰੈਕ ਚੁਣਿਆ ਹੈਗਾ ਤੁਸੀਂ इमोशनल ਵੀ ਦੂਜਾ ਇਹਦੇ ਨਾਲ ਅਟੈਚਡ ਹੈਗਾ ਤੇ ਜਿਹੜੀ ਆਪਣੀ ਆਡੀਅנס ਪੰਜਾਬੀ ਆਡੀਅנס ਹੈ ਇੱਕ ਹੁਣ ਕਾਮੇਡੀ ਦਾ ਦੌਰ ਚੱਲ ਰਿਹਾ ਸੀ ਫਿਲਮਾਂ ਦੇ ਪੁਆਇੰਟ ਤੋਂ ਆਪਾਂ ਗੱਲ ਕਰੀਏ ਤੇ ਜਿਹੜਾ ਇਹ ਟੌਪਿਕ ਹੈਗਾ ਹਾਲਾਂਕਿ ਤੁਸੀਂ ਸਵਾਲ ਪਿੱਛੇ ਵਾਲੇ ਨਾਲ ਰਲਦਾ ਮਿਲਦਾ ਜਾ ਹੈਗਾ ਪਰ ਤੁਹਾਨੂੰ ਕੀ ਲੱਗਦਾ ਕਿ ਇਹ ਟੌਪਿਕ ਜਿਹੜੇ ਹੈਗੇ ਨੇ ਆਉਣੇ ਤਾਂ ਚਾਹੀਦੇ ਨੇ ਤੁਸੀਂ ਕਹਿੰਦੇ ਵੀ ਅਵੇਅਰ ਹੋਣੇ ਚਾਹੀਦੇ ਨੇ ਲੋਕੇ ਪਰ ਜਿਹੜੀ ਆਡੀਅנס ਹੈ ਉਹ ਉਹਨੂੰ ਕਿਵੇਂ ਸਮਝਾਈ ਆਪਾਂ ਵੀ ਇਹ ਵੀ ਟਾਪਿਕਸ ਹੈਗੇ ਨੇ ਇਹਨਾਂ ਉੱਤੇ ਵੀ ਆਪਾਂ ਫਿਲਮਾਂ ਬਣਨ ਗਿਆ ਵੀ ਇੱਕ ਸਿਨੇਮਾ ਜਿਹੜਾ ਹੈਗਾ ਇਹਦੀ ਇੱਕ ਰਿਸਪਾਂਸਿਬਿਲਟੀ ਵੀ ਲੈਂਦਾ ਹੈਗਾ ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਆਡੀਅנס ਨੂੰ ਸਮਝਾਉਣਾ ਸੌਖਾ ਹੋਊਗਾ ਕਿ ਮੁਸ਼ਕਿਲ ਆ ਥੋੜਾ ਜਿਹਾ ਦੇਖੋ ਪਹੁੰਚ ਮੁਸ਼ਕਿਲ ਹੈ ਪਰ ਕੰਮ ਤਾਂ ਕਰਨਾ ਪੈਣਾ ਅਸੀਂ ਛੱਡ ਨਹੀਂ ਸਕਦੇ ਕਿਸੇ ਹੋਰ ਤੇ ਕਿਸੇ ਨੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪੈਣੀ ਹੈ ਤੇ ਮੇਰੇ ਲਈ ਉਹ ਜ਼ਿੰਮੇਵਾਰੀ ਸੁਭਾਵਕ ਹੈ ਕਿਉਂਕਿ ਮੈਂ ਇਸੇ ਕਿਸਮ ਦਾ ਸਿਨੇਮਾ ਬਣਾਉਣਾ ਚਾਹੁੰਦਾ ਮਤਲਬ ਮੈਂ ਮੇਰੀ ਜਿੱਥੋਂ ਮੈਂ ਆਉਣਾ ਜਗਰਾਉਂ ਤੋਂ ਮੈਂ ਆਉਣਾ ਤੇ ਮੈਨੂੰ ਸਾਹਿਤ ਪੜ੍ਹਨ ਦਾ ਬੜਾ ਸ਼ੌਂਕ ਹੈ ਬਚਪਨ ਤੋਂ ਹੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਮੈਂ ਇੱਕ ਖਾਸ ਕਿਸਮ ਦੇ ਥੀਏਟਰ ਨਾਲ ਜੁੜਦਾ ਸਰਦਾਰ ਗੁਰਚਨ ਸਿੰਘ ਉਹਨਾਂ ਨਾਲ ਬਿਲਕੁਲ ਕੀ ਬਾਤ ਇੰਡੀਅਨ ਥੀਏਟਰ ਤੋਂ ਐਮਏ ਕਰਦਾ ਹਾਂ ਉਸ ਤੋਂ ਬਾਅਦ ਮੈਂ ਬੰਬਈ ਵਰਗੇ ਸ਼ਹਿਰ ਚ ਜਾ ਕੇ ਡਿਫਰੈਂਟ ਡਿਫਰੈਂਟ ਟੀਵੀ ਚੈਨਲਸ ਨਾਲ ਕੰਮ ਕਰਦਾ ਸੋ ਮੇਰੀ ਜਿਹੜੀ ਗਰੋਥ ਹੋਈ ਹੈ ਮੈਂ ਕੋਈ ਪਲੈਨਿੰਗ ਨਾਲ ਨਹੀਂ ਕੀਤੀ ਪਰ ਉਹ ਸੁਭਾਅ ਇਦਾਂ ਦਾ ਬਣ ਗਿਆ ਕਿ ਮੈਂ ਇੱਕ ਪਿੰਡ ਚ ਜੜਾਂ ਨਾਲ ਜੁੜਿਆ ਹੋਇਆ ਵੀ ਹਾਂ ਤੇ ਇੰਟਰਨੈਸ਼ਨਲ ਸਿਨੇਮੇ ਦਾ ਮੇਰਾ ਐਕਸਪੋਜ਼ਰ ਵੀ ਹੈ ਸਹੀ ਹੈ ਸੋ ਇੱਕ ਕੰਬੀਨੇਸ਼ਨ ਕਈ ਵਾਰੀ ਇਦਾਂ ਦਾ ਬਣ ਗਿਆ ਕਿ ਮੈਨੂੰ ਲੱਗਦਾ ਕਿ ਮੈਂ ਗੱਲ ਤਾਂ ਆਪਣੇ ਪਿੰਡ ਦੀ ਜਾਂ ਆਪਣੇ ਕਸਬੇ ਦੀ ਹੀ ਕਰਨੀ ਹੈ ਪਰ ਕਰਨੀ ਜਿੱਦਾਂ ਇੰਟਰਨੈਸ਼ਨਲ ਫਿਲਮਾਂ ਚ ਹੁੰਦੀ ਹੈ ਓਦਾਂ ਓਕੇ ਸੋ ਇੱਕ ਸਬਬ ਹੈ ਉਹ ਤੇ ਦੂਜਾ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਨਾ ਇੱਥੇ ਕਿ ਮੈਂ ਜਿੱਦਾਂ ਬੰਬਈ ਰਹਿਣਾ ਤੇ ਮਹਾਰਾਸ਼ਟਰ ਜਿਹੜੀ ਸਟੇਟ ਆ ਜਿਹੜਾ ਮਰਾਠੀ ਸਿਨੇਮਾ ਉਹ ਇਸ ਲਈ ਬਹੁਤ ਗੋਲਡਨ ਪੀਰੀਅਡ ਚ ਹੈ ਤੇ ਉਥੇ ਇੰਨੇ ਕਮਾਲ ਦੇ ਵਿਸ਼ੇ ਲੈ ਕੇ ਸਾਧੀਆਂ ਫਿਲਮਾਂ ਬਣ ਰਹੀਆਂ ਨੇ ਜਿਨ੍ਹਾਂ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਲੋਕੀ ਰਿਕਗਨੀਸ਼ਨ ਵੀ ਮਿਲ ਰਹੀ ਹੈ ਨਾਲ ਦੀ ਨਾਲ ਉਹ ਸਿਨੇਮਾ ਚ ਵੀ ਪੈਸਾ ਵੀ ਜਨਰੇਟ ਕਰ ਰਹੀਆਂ ਨੇ ਕਮਰਸ਼ੀਅਲੀ ਵੀ ਸਕਸੈਸਫੁਲ ਹੋ ਰਹੀਆਂ ਨੇ ਜਿਦਾਂ ਫੰਡਰੀ ਇੱਕ ਫਿਲਮ ਹੈ ਜੀ ਉਹ ਬਹੁਤ ਸਾਦੀ ਫਿਲਮ ਹੈ ਇੱਕ ਅ ਦਲਿਤ ਮੁੰਡਾ ਹੁੰਦਾ ਛੋਟਾ ਜਿਹਾ ਉਹਨੂੰ ਇੱਕ ਬੱਚੀ ਨਾਲ ਪਿਆਰ ਹੁੰਦਾ ਉਹਦੇ ਜਰੀਏ ਉਹਨਾਂ ਨੇ ਕਹਾਣੀ ਦਿਖਾਈ ਹੈ ਕਿ ਕਿੱਦਾਂ ਆਪਣੇ ਹਾਲਾਤ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਜਦੋਂ ਜਿਹਦ ਕਰਦਾ ਬਹੁਤ ਸਾਦੀ ਫਿਲਮ ਹੈ ਜੀ ਤੁਸੀਂ ਦੇਖੋ ਪਰ ਉਹਨੇ ਖਾਸਾ ਬਿਜ਼ਨਸ ਕੀਤਾ ਤੇ ਉਹਨੂੰ ਲੋਕਾਂ ਨੇ ਬਹੁਤ ਸਰਾਇਆ ਵੀ ਹੈ ਕ੍ਰਿਟੀਕਲੀ ਵੀ ਸੋ ਕੋਈ ਗੱਲ ਨਹੀਂ ਜੇ ਜੇ ਮਰਾਠੀ ਚ ਇਦਾਂ ਹੋ ਸਕਦਾ ਤਾਂ ਪੰਜਾਬੀ ਚ ਕਿਉਂ ਨਹੀਂ ਹੋ ਸਕਦਾ ਜਰੂਰ ਹੋ ਸਕਦਾ ਮੈਨੂੰ ਇਹ ਲੱਗਦਾ ਕਿ ਸਾਨੂੰ ਕੋਸ਼ਿਸ਼ਾਂ ਵਧ ਕਰਨੀਆਂ ਪੈਣਗੀਆਂ ਇੱਕ ਕਦਮ ਚੱਕਣ ਦੀ ਲੋੜ ਜੀ ਬਿਲਕੁਲ ਬਿਲਕੁਲ ਜਿੱਦਾਂ ਮੈਂ ਮੈਂ ਨਾਂਬਰ ਦੀ ਇੱਥੇ ਇਸ ਕਰਕੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਕਿ ਨੰਬਰ ਜਦੋਂ ਅਸੀਂ ਸੰਮਿਆ ਚ ਲਾਈ ਤਾਂ ਬਹੁਤ ਲੋਕੀ ਦੇਖਣ ਨਹੀਂਗੇ ਪਰ ਜਦੋਂ ਹੁਣ ਉਹ ਦੂਰਦਰਸ਼ਨ ਤੇ ਟੈਲੀਕਾਸਟ ਹੋਈ ਜਾਂ ਜਦੋਂ ਅਸੀਂ ਉਹਨੂੰ ਮਤਲਬ ਇੰਟਰਨੈਟ ਵਗੈਰਾ ਤੇ ਪਾਇਆ ਤਾਂ ਉਹਦੇ ਲੱਖਾਂ ਦੀ ਤਦਾਦ ਚ ਦਰਸ਼ਕ ਸੀ ਜਿਨ੍ਹਾਂ ਨੇ ਉਹਨੂੰ ਦੇਖਿਆ ਔਰ ਦੇਖਣ ਤੋਂ ਬਾਅਦ ਮਤਲਬ ਬਹੁਤ ਜ਼ਿਆਦਾ ਹਿੱਟ ਕੀਤਾ ਉਹਨੇ ਫਿਲਮ ਨੇ ਬਿਲਕੁਲ ਜਦੋਂ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਕੋਟ ਕਰਦਾ ਮੈਂ ਮੁੱਲਾਪੁਰ ਛੋਟੇ ਜੇ ਕਸਬੇ ਨੂੰ ਜਿੱਦਾਂ ਮੈਂ ਉੱਥੇ ਰਹਾ ਬਹੁਤ ਸਾਰਾ ਉੱਥੇ ਸਾਡੇ ਕੋਈ ਡਾਕਟਰ ਸਾਹਿਬ ਇਹਨਾਂ ਨੂੰ ਪਤਾ ਨਹੀਂ ਕੋਈ ਮੁੱਲਾਪੁਰ ਦੇ ਮੁੰਡੇ ਨੇ ਡਾਇਰੈਕਟ ਕੀਤੀ ਹੈ ਪਰ ਉਹ ਸਾਡੇ ਇੱਕ ਥੀਏਟਰ ਗਰੁੱਪ ਦਾ ਮੁੰਡਾ ਐਕਟਰ ਸੀਗਾ ਅੱਛਾ ਉਹਨੇ ਗੈਟਅਪ ਵੀ ਜਿੱਦਾਂ ਪੱਗ ਵਗੈਰਾ ਦਾੜ੍ਹੀ ਰੱਖੀ ਸੀ ਅਦਰਵਾਈਜ਼ ਉਹ ਕਲੀਨ ਸ਼ੇਵ ਹੁੰਦਾ ਤੇ ਉਹਦੇ ਕੋਲ ਗਿਆ ਤੇ ਉਹ ਕਹਿੰਦਾ ਤੂੰ ਕੋਈ ਫਿਲਮ ਕੰਮ ਕੀਤੀ ਹੈ ਕਿਨ ਇੱਕ ਫਿਲਮ ਆ ਗਈ ਦੂਰਦਰਸ਼ਨ ਦੇ ਪਿੱਛੇ ਜਿਵੇਂ ਦੇਖਿਆ ਤੇਰੇ ਵਰਗਾ ਮੁੰਡਾ ਮਨ ਲਾਦਾ ਵੀ ਤੂੰ ਹੀ ਸੀਗਾ ਤੇ ਯ ਫਿਰ ਮਦਰ ਨੂੰ ਬੁਲਾਇਆ ਉਹ ਕਹਿੰਦਾ ਹਾਂਜੀ ਮੈਂ ਕੀਤਾ ਰੋਲ ਜੀ ਉਹ ਨਾਬਰ ਕਹਿੰਦਾ ਮੈਂ ਨਾ ਭੁੱਲਿਆ ਨਾ ਨਾਬਰ ਫਿਲਮ ਹਾਂਜੀ ਤੇ ਪੁਣੋਂ ਮੁੰਡਾ ਡਾਇਰੈਕਟਰ ਵੀ ਇੱਥੋਂ ਮੁੱਲਾਪੁਰ ਦਾ ਕਹਿੰਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਫਿਲਮ ਬਹੁਤ ਚੰਗੀ ਲੱਗੀ ਉਹਨੇ ਆਪਣੀ ਫੈਮਿਲੀ ਨੂੰ ਇਕੱਠਾ ਕੀਤਾ ਸੋ ਇਸ ਕਿਸਮ ਦੇ ਰਿਐਕਸ਼ਨ ਨੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਸੂਰ ਸਾਡਾ ਕਿ ਅਸੀਂ ਉਹ ਫਿਲਮ ਦੇ ਬਾਰੇ ਜਾਂ ਤਾਂ ਜਾਣਕਾਰੀ ਨਹੀਂ ਪਹੁੰਚਾ ਸਕੇ ਪਰ ਜਦੋਂ ਲੋਕਾਂ ਨੇ ਫਿਲਮ ਦੇਖੀ ਉਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਸੋ ਮੈਨੂੰ ਲੱਗਦਾ ਕਿ ਤੁਹਾਡਾ ਮਤਲਬ ਹਾਸਲੇ ਹੈ ਕਿ ਜਦੋਂ ਲੋਕੀ ਫਿਲਮ ਦੇਖਣ ਉਦੋਂ ਉਹਨਾਂ ਨੂੰ ਕਿੱਦਾਂ ਨਹੀਂ ਲੱਗਦੀ ਸਹੀ ਗੱਲ ਹੈ ਤੇ ਹੌਲੀ ਹੌਲੀ ਜਦੋਂ ਅਸੀਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚਾ ਸਕਾਂਗੇ ਇਦਾਂ ਦੀਆਂ ਫਿਲਮਾਂ ਦੀ ਮੈਨ ਲੱਗਦਾ ਮੇਨਸਟ੍ਰੀਮ ਦਾ ਹਿੱਸਾ ਬਣ ਜਾਣਗੀਆਂ ਪਰ ਕੋਈ ਜੀ ਜੀ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ ਮੈਂ ਮਰਾਠੀ ਸੰਮੇ ਤੋਂ ਬਹੁਤ ਜ਼ਿਆਦਾ ਮਤਲਬ ਉਮੀਦ ਰੱਖੀ ਹੈ ਕਿ ਜੇ ਉਹ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਕੀ ਬਾਤ ਹੈ ਬਾਕੀ ਸਹੀ ਗੱਲ ਹੈ ਅੱਛਾ ਜ਼ਾਫਰ ਮੈਂ ਤੁਹਾਡੇ ਤੋਂ ਵੀ ਇੱਕ ਚੀਜ਼ ਪੁੱਛਣੀ ਚਾਹੁੰਦਾ ਹੁਣ ਕਿ ਪਹਿਲੀ ਪੰਜਾਬੀ ਫਿਲਮ ਹੈਗੀ ਤੁਸੀਂ ਜੀ ਆ ऑडियंस ਜਿਹੜੀ ਹੈਗੀ ਤੁਹਾਡੀ ਹਾਲੇ ਬਣਨੀ ਸ਼ੁਰੂ ਹੋਣੀ ਹੈ ਪੰਜਾਬੀ ਮੈਂ ਜੇ ਫ੍ਰੈਂਕਲੀ ਕਹਾਂ ਤਾਂ ਤੁਸੀਂ ਉਹ ऑडियंस ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਹਾਲੇ ਪ੍ਰੋਮੋਸ ਵਿੱਚ ਦੇਖਦੇ ਆਏ ਨੇ ਸਿਨੇਮਾ ਤੱਕ ਦੇਖਣ ਜਾਣਾ ਜੀ ऑडियंस ਨੂੰ ਤਾਂ ਇਹੀ ਕਹਿਣਾ ਚਾਹਾਂਗੇ ਕਿ ਉਹਨਾਂ ਦਾ ਪਿਆਰ ਮਿਲੇ ਸਾਨੂੰ ਸਾਡੇ ਕਿਉਂਕਿ ਦੇਖੋ ਹਰ ਬੰਦੇ ਦੀ ਇੱਕ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਨੇ ਆਰਟਿਸਟ ਦੀਆਂ ਵੀ ਜੋ ਵੀ ਕੰਮ ਕਰਦਾ ਤੇ ਉਹਨਾਂ ਐਕਸਪੈਕਟੇਸ਼ਨਸ ਨੂੰ ਜੇ ਥੋੜਾ ਜਿਹਾ ਸਹਾਰਾ ਮਿਲ ਜੇ ਤਾਂ ਉਹ ਆਰਟਿਸਟ ਲਈ ਬਹੁਤ ਵੱਡੀ ਸਹਾਰਨਾ ਹੁੰਦੀ ਹੈ ਉਹਨੂੰ ਇੱਕ ਹੋਪ ਮਿਲਦੀ ਹੈ ਉਹਨੂੰ ਇੱਕ ਕੌਨਫੀਡੈਂਸ ਮਿਲਦਾ ਹੈ ਤੇ ਆਡੀਅנס ਨੂੰ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਦਾ ਪਿਆਰ ਮਿਲੇ ਬਸ ਤੇ ਪਰਮਾਤਮਾ ਦਾ ਹੱਥ ਬਣਿਆ ਰਹੇ ਇਹੀ ਹੈ ਕੀ ਬਾਤ ਹੈ ਹਾਂਜੀ ਤੇ ਫਿਰ ਫਿਲਹਾਲ ਅਪਾ 47 ਤੇ 84 ਲਿਖਾਣੇ ਕਿ ਉਹ ਫਿਲਮ ਦੇਖਣ ਜਾਣਗੇ ਇਹ ਹੀ ਫਿਲਮ ਨਹੀਂ ਹਾਂਜੀ ਸਾਡੀ 30th ਮਈ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਤੇ ਆਡੀਅנס ਤੋਂ ਹੋਪ ਰੱਖਦੇ ਹਾਂ ਔਰ ਮੈਸੇਜ ਇੱਕ ਅੱਛਾ ਜਿਵੇਂ ਰਾਜੀਵ ਜੀ ਨੇ ਸਾਰਾ ਕੁਝ ਦੱਸਿਆ ਹੈ ਇਸ ਮੁੱਦੇ ਬਾਰੇ ਵੀ ਇੱਕ ਹੋਪ ਹੈ ਜੋ ਅਸੀਂ ਇੱਕ ਲੈ ਕੇ ਆ ਰਹੇ ਹਾਂ ਵੀ ਲੋਕ ਇਸੀ ਨੂੰ ਸਮਝਣ ਫਰਜ਼ ਵੀ ਬੰਦਾ ਹੈ ਅਸੀਂ ਮੈਂ ਆ ਫੀਲ ਲੱਕੀ ਆ ਐਂਡ ਆ ਫੀਲ ਪ੍ਰਾਊਡ ਕਿ ਮੈਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਇਵਨ ਆ ਫੀਲ ਬlesਟ ਕਿ ਯਾਰ ਮੈਂ ਇਸ ਫਿਲਮ ਦਾ ਪਾਰਟ ਬਣ ਸਕਿਆ ਬਿਲਕੁਲ ਸਹੀ ਗੱਲ ਐਂਡ ਯੂ ਖੂਬਸੂਰਤ ਟੀਮ ਦਾ ਨਾਲੇ ਪਾਰਟ ਬਣੇ ਤੁਸੀਂ ਜੀ ਜੀ ਨਤਾਸ਼ਾ ਜੀ ਤੁਹਾਡੀ ਪਹਿਲੀ ਜਿੱਦਾਂ ਕਿ ਇਹ ਪੰਜਾਬੀ ਫਿਲਮ ਹੈਗੀ ਆ ਤਾਂ ਆਡੀਅנס ਨੂੰ ਹੋਰ ਵੀ ਦੇਖਣਾ ਚਾਹੁੰਦੀ ਹੈ ਕਿ ਨਹੀਂ ਤਾਂ ਕਿ ਇਨ ਫਿਊਚਰ ਵੀ ਤੁਹਾਡੇ ਪਲਾਨਸ ਹੈਗੇ ਕਿ ਮੈਂ ਪੰਜਾਬੀ ਮੂਵੀਜ਼ ਕਰਾਂ ਜਾਂ ਆਫਰਸ ਆ ਚੁੱਕੇ ਨੇ ਆਲਰੇਡੀ ਮੇਰੇ ਬਹੁਤ ਜ਼ਿਆਦਾ ਉਮੀਦ ਤਾਂ ਬਹੁਤ ਜ਼ਿਆਦਾ ਹੈ ਮੈਨੂੰ ਹਾਂ ਹਾਂ ਐਂਡ ਆਮ ਹੋਪਿੰਗ ਕਿ ਲੋਗ ਮੈਨੂੰ ਦੇਖਣ ਮੇਰੀ ਫਿਲਮ ਦੇਖਣ ਤੇ ਮੈਨੂੰ ਕੰਮ ਦੇ ਦੇਂ ਆਮ ਵੇਟਿੰਗ ਮੈਂ ਤਾਂ ਆਪਣੀ ਡਾਇਰੈਕਟਰ ਨਹੀਂ ਕਹਨੀ ਐ ਇੱਕ ਫਿਲਮ ਬਣਾ ਦੇ ਪੰਜਾਬ ਦੇ ਵਿੱਚ ਆਈ ਥਿੰਕ ਸਰ ਤਾਂ ਪਹਿਲਾਂ ਇੱਕ ਫਿਲਮ ਕਰ ਚੁੱਕੇ ਆ ਮੈਂ ਅਸੀਂ ਤੇ ਬਾਕੀ ਚਲੋ ਆਰਟਿਸਟ ਪੰਜਾਬ ਦੇ ਨੇ ਉਹ ਤਾਂ ਕਾਫੀ ਉਹਨਾਂ ਨੇ ਕੰਮ ਕੀਤਾ ਅਸੀਂ ਤਾਂ ਦੋਨੋਂ ਆਈ ਥਿੰਕ ਨੀਲਮ ਵੀ ਫਰਸਟ ਵੀ ਫਰਸਟ ਫਿਲਮ ਉਹਨਾਂ ਦੀ ਵੀ ਸਾਡੇ ਅਸੀਂ ਸਾਰਿਆਂ ਦੀ ਫਰਸਟ ਫਿਲਮ ਹੀ ਹੈ ਤੇ ਆਡੀਅנס ਨੂੰ ਤਾਂ ਰਿਕੁਐਸਟ ਹੈ ਜੀ ਜ਼ਰੂਰ ਜਾ ਕੇ ਦੇਖੋ ਤੇ 30th ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਪਲੀਜ਼ ਜਾ ਕੇ ਦੇਖੋ ਜੀ ਤੇ ਰਾਜੀਵ ਜੀ ਤੁਸੀਂ ਜਾਂਦੇ ਜਾਂਦੇ ਮਤਲਬ ਸਾਰੀ ਟੀਮ ਤੁਹਾਡੇ ਜਿਹੜੇ ਮੇਨ ਲੀਡਿੰਗ ਕਿਰਦਾਰ ਹੈਗੇ ਨੇ ਉਹ ਵੀ ਨਾਲ ਬੈਠੇ ਨੇ ਤੁਸੀਂ ਆਡੀਅנס ਨੂੰ ਕੀ ਕਹਿਣਾ ਚਾਹੋਗੇ ਇਸ ਫਿਲਮ ਲਈ ਕਿ ਉਹ ਤੁਹਾਡੀ ਫਿਲਮ ਦੇਖਣ ਆਉਣ ਮਤਲਬ ਤੁਸੀਂ ਹਾਲਾਂਕਿ ਦੱਸ ਚੁੱਕੇ ਆਪਣੀ ਗੱਲਾਂ ਦੇ ਵਿੱਚ ਪਰ ਜਾਂਦੇ ਜਾਂਦੇ ਇੱਕ ਸਨੇਹਾ ਵੀ ਕਹਿ ਸਕਦਾ ਤੁਹਾਡੇ ਬਾਰੇ ਜੀ 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 ਜਿਹੜੇ ਡਾਇਰੈਕਟਰਸ ਬੈਠੇ ਨੇ ਜੀ ਅਪਕਮਿੰਗ ਡਾਇਰੈਕਟਰਸ ਨੇ ਜਿਨ੍ਹਾਂ ਨੇ ਜੀ 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 ਜਾਂ ਫਿਰ ਜਿਨ੍ਹਾਂ ਦੀ ਫਿਲਮਾਂ ਤੁਸੀਂ ਦੇਖਦੇ ਆ ਰਹੇ ਹੋ ਸੁਧਾਰ ਲਈ ਤੁਹਾਡੇ ਵੱਲੋਂ ਇੱਕ ਸਨੇਹਾ ਮੈਂ ਚਾਹਨਾ ਕਿ ਤੁਸੀਂ ਸਾਰੀ ਆਡੀਅנס ਲਈ ਦੋ ਮੈਂ ਬੇਸਿਕਲੀ ਤਾਂ ਹਲੇ ਇੰਨਾ ਵੱਡਾ ਤਾਂ ਨਹੀਂ ਹੋਇਆ ਕਿ ਮੈਂ ਕੋਈ ਬਹੁਤਾ ਸਨੇਹਾ ਦੇ ਸਕਾਂ ਬੇਨਤੀ ਜ਼ਰੂਰ ਕਰ ਸਕਦਾ ਹਾਂ ਦਰਸ਼ਕਾਂ ਨੂੰ ਵੀ ਤੇ ਮੇਰੇ ਡਾਇਰੈਕਟਰ ਵੀਰਾਂ ਨੂੰ ਵੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਸ਼ੇ ਨੇ ਜਿਨ੍ਹਾਂ ਤੇ ਫਿਲਮਾਂ ਬਣਨੀਆਂ ਜ਼ਰੂਰੀ ਨੇ ਮੈਨੂੰ ਪਤਾ ਹੈ ਕਿ ਆਰਥਿਕਤਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਕਿਉਂਕਿ ਫਿਲਮ ਇੰਡਸਟਰੀ ਹੈ ਜੀ ਪਰ ਮੈਨੂੰ ਇਹੀ ਲੱਗਦਾ ਕਿ ਜੇ ਚੰਗੇ ਵਿਸ਼ਿਆਂ ਨੂੰ ਲੈ ਕੇ ਚੰਗੀਆਂ ਫਿਲਮਾਂ ਬਣਾਈਆਂ ਜਾਣ ਉਹ 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 ਵੀ ਆਰਥਿਕਤਾ ਦੇ ਤੌਰ ਤੇ ਵੀ ਵਧੀਆ ਹੋ ਸਕਦਾ ਇਹ ਤਾਂ ਨਹੀਂ ਗੱਲ ਨਹੀਂਗੀ ਸੋ ਮੇਰੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਿਹੜਾ ਮੇਨਸਟ੍ਰੀਮ ਸਿਨੇਮਾ ਬਣ ਰਿਹਾ ਪੰਜਾਬ 'ਚ ਜਦੋਂ ਤੁਸੀਂ ਉਹਨੂੰ ਸਪੋਰਟ ਕਰਦੇ ਹੋ ਤਾਂ ਜਦੋਂ ਕੋਈ ਉਸ ਤੋਂ ਹਟਮਾ ਸਿਨੇਮਾ ਜਿਹੜਾ ਜਿਹੜਾ ਮਤਲਬ ਇਕੁਅਲੀ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਜਾਂ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਤੁਸੀਂ ਪਲੀਜ਼ ਉਹਨੂੰ ਵੀ ਮਾਣੋ ਉਹਦਾ ਸਾਥ ਦਿਓ ਤਾਂ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਸਿਨੇਮਾ ਬਣੇ ਹਰ ਤਰ੍ਹਾਂ ਦਾ ਸਿਨੇਮਾ ਐਕਸਪਲੋਰ ਹੋ ਚੁੱਕੇ ਕਿ ਹਰ ਤਰ੍ਹਾਂ ਦਾ ਸਿਨੇਮਾ ਬਣੇ ਜੀ ਚ ਐਂਟਰਟੇਨਮੈਂਟ ਵੀ ਹੋਵੇ ਪਰ ਨਾਲ ਦੇ ਨਾਲ ਇੰਗੇਜਮੈਂਟ ਵੀ ਹੋਵੇ ਉਹ ਵੀ ਥੋਣੀ ਹੋਈ ਜ਼ਰੂਰ ਬਿਲਕੁਲ ਸਹੀ ਗੱਲ ਤੇ ਬਸ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਸਰ ਬਿਲਕੁਲ ਜੀ ਸਾਡੀ ਸਾਰੀ ਟੀਮ ਵੱਲੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਗੁੱਡ ਵਿਸ਼ੇਸ ਹੈਗੇ ਨੇ ਬੈਸਟ ਵਿਸ਼ੇਸ ਨੇ ਕਿ ਇਹ ਫਿਲਮ ਇੱਕ ਨਵਾਂ ਇਤਿਹਾਸ ਰਚੇ ਇਹੀ ਮੈਂ ਕਹਿ ਸਕਦਾ ਇੱਥੇ ਫਿਲਹਾਲ ਇਹ ਸ਼ਬਦ ਮੇਰੇ ਕੋਲ ਆ ਰਿਹਾ ਮੈਂ ਪਹਿਲਾਂ ਸਟਾਰਟਿੰਗ ਚ ਗੱਲ ਕਰ ਰਿਹਾ ਸੀ इमोशनल ਇੱਕ ਪੱਖ ਵੀ ਜੁੜਿਆ ਇਸ ਫਿਲਮ ਦੇ ਨਾਲ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਰਲ ਮਿਲ ਕੇ ਜਿਹੜੀ 3 ਮਹੀਨਿਆਂ ਵਾਰੀ ਆ ਸਾਹਮਣੇ ਆਵੇ ਸੋ 올 ਦਾ ਵੈਰੀ ਬੈਸਟ ਐਂਡ ਥੈਂਕ ਯੂ ਸੋ ਵੈਰੀ ਮੱਚ ਤੁਸੀਂ ਸਾਰੇ ਆ ਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਐਸੀ ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਅੰਦਾਜ਼ ਦੀ ਫਿਲਮ 47 ਤੋਂ 84 ਦੀ ਸਟਾਰ ਕਾਸਟ ਨਾਲ ਖਾਸ ਮੁਲਾਕਾਤ ਅਨਾਸਟਾਸ ਨਾਲ ਗੱਲਾਂ ਬਾਤਾਂ ਕਰਕੇ ਇਹੀ ਮਹਿਸੂਸ ਹੋ ਰਿਹਾ ਕਿ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵੱਖਰੇ ਸਬਜੈਕਟਸ ਦੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ ਵੈਲ ਫਿਲਹਾਲ ਤੁਸੀਂ ਆਪਣੇ ਗੁਰਜੀਤ ਨੂੰ ਦੇ ਇਜਾਜ਼ਤ ਅਗਲੇ ਐਪੀਸੋਡ ਵਿੱਚ ਹੋਰ ਸੁਪਰ ਸਟਾਰਸ ਨੂੰ ਤੁਹਾਡੇ ਰੂਬਰੂ ਕਰਾਵਾਂਗਾ ਤਦ ਤੱਕ ਤੁਸੀਂ ਆਪਣਾ ਖਿਆਲ ਰੱਖਿਓ ਤੇ ਵੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ